वाहेगुरु जी का खालसा, वाहेगुरु जी की फतेह। शब्द गुरु ग्रंथ साहिब सच्चे पातशाह जी दी पावन हजूरी विच बड़ी ही मोहब्बत दे नाल शाम दे विशेष दीवाना विच आप जी जुड़ बैठे हो। पापा भरिया समा गुर कृपा सदका प्राप्त होया है। आओ इस समय को सफल बनाइए। कल शाम के दीवाना में आप जी ने सरवण किया सी, सतगुरां के पिता जी परिवार तो वधाई लेके अपने पुत्र नूं कारोबार की सिख्या सिखाते हुए गुरु नानक साहब जी का संदेशा पहल के आधार से जाके राय बुलार जी ने दिता है। इधर जगत के स्वामी गोदी खाने में बड़े बड़े पद्धर से मनुखता की सेवा कर रहे हैं। जिथे देशों के विदेशों के सतगुरां के मोदी खाने की जय जयकार हुई, उथे नाल ही नवाब दौलत खां की जिनी भी फौज है सारी की सारी मोदी खाने के कपड़ा वस्त्र माया पदार्थ प्राप्त करती है। पर कुछ निंदक मुसलमान जिन्हों का रब नाल कोई वास्ता नहीं है, गुरु नानक साहिब सच्चे पातशाह जी की महिमा जिन्हों तो चली नहीं जाती, उन्होंने भी अपनियां गतिविधियां अंजाम दिते ने। इन्हां सारे प्रसंगां नूं विस्थार सहित सरवण कीता है। आओ कुछ समा मन चित व्यक्तियों नूं एकाग्र चित बनाइए, ध्यान करके सुरत करके चलिए सुल्तानपुर लोधी की पाक पवित्र धरती ते। नवाओ सीस गज वज के आखो जी सतनाम श्री वाहे गुरु साहिब जी, सतनाम श्री तस्कर होई के जमहिंग्यो सब पग गहली वे जय राम को जाय तही की लाज। दीन दुनी दे स्वामी गुरु नानक साहिब मोदी खाने विच बैठ करके जिन्हां ने सदा ही हर पल ही तेरा तेरा तोलिया है, रब दियां पाईयां बरकतां समोदी खाने दे विच कदे एक सुई दी भी घाट ना आई। जिथे महिमा गाउण वालियां दी गिणती वधदी जांदी है, उथे कुछ निंदक लोग, क्योंकि निंदकां दा कोई धर्म नहीं हुंदा, बेशक उन्हां दे तालुकात उन्हां दे रसूख धर्म दे लोकां नाल हो सकदे आ। गुरु साहब दी महिमा जदों इन्हां तों जरी ना गई, इन्हां ने इकट्ठे होके मंडलियां बना लईआं, ग्रुप बना लए, आए हुए लोकां नूं सतगुरां दे विरुद्ध बोल दिंदे। एक दिन ऐसा आएगा कहिंदे नानक जी मोदी
ਛੱਡ ਕੇ ਮੋਦੀ ਖਾਨਾ ਰਾਤੋਂ ਰਾਤ ਭੱਜ ਜਾਣਗੇ। ਜਦੋਂ ਇਹਨਾਂ ਦੇ ਸਿਰ ਤੇ ਲੋਕਾਂ ਦੀਆਂ ਦੇਣਦਾਰੀਆਂ ਚੜ੍ਹਗੀਆਂ ਨਾ, ਰਹੂ ਚੱਕਰ ਬਣਗੇ। ਅੱਜ ਬਹੁਤ ਵੱਡਾ ਦਿਲ ਵਿਖਾਉਂਦਾ ਏ ਰਾਜੇ ਬਣਨ ਦਾ। ਰਾਜਾ ਤੇ ਨਵਾਬ ਦੌਲਤ ਖਾਂ ਏ, ਵਸਤੂਆਂ ਦੌਲਤ ਖਾਂ ਨਵਾਬ ਦੀਆਂ ਨੇ। ਕਹਿੰਦੇ ਇਹ ਮੋਦੀ ਜੀ ਆਪਣੀ ਮਹਿਮਾ ਕਰਦੇ ਆ, ਲੋਕ ਇਹਨਾਂ ਦੀਆਂ ਸਿਫਤਾਂ ਗਾਉਂਦੇ ਆ। ਸਰਕਾਰੀ ਤੰਤਰ ਦੇ ਕੁਝ ਲੋਕ ਜਿਹੜੇ ਤੁਰਕਾਂ ਦੇ ਨਾਲ ਵਾਹ ਵਾਸਤਾ ਰੱਖਦੇ ਸੀ, ਸਤਿਗੁਰਾਂ ਨਾਲ ਜਿੱਦ ਇਸ ਕਰਕੇ ਕਰਦੇ ਆ ਵੀ ਖੱਤਰੀਆਂ ਦੀ ਵੰਸ ਚੁਣੇ, ਇਹ ਸਨਾਤਨ ਮਤ ਨਾਲ ਜੁੜੇ ਹੋਏ ਆ। ਕਿਉਂਕਿ ਆ ਭਾਰਤ ਦੀ ਧਰਤੀ ਹੈ, ਇੱਥੇ ਧਰਮਾਂ ਦਾ ਜ਼ਹਿਰ ਬਹੁਤ ਹੈ। ਹੋ ਸਕਦਾ ਇਸ ਧਰਤੀ ਤੇ ਕੁਝ ਸੱਪਾਂ ਨੂੰ ਛੱਡ ਕੇ ਤਕਰੀਬਨ ਸਾਰੇ ਸੱਪਾਂ ਵਿੱਚ ਜ਼ਹਿਰ ਨਹੀਂ, ਪਰ ਧਰਮਾਂ ਦੀ ਦੁਨੀਆਂ ਵਿੱਚ ਜਾ ਕੇ ਵੇਖੀਏ ਜਿੰਨੀ ਨਫ਼ਰਤ, ਜਿੰਨੀ ਜ਼ਹਿਰ, ਜਿੰਨੀ ਈਰਖਾ ਧਾਰਮਿਕ ਲੋਕਾਂ ਦੇ ਵਿੱਚ ਹੈ, ਸ਼ਾਇਦ ਇੰਨੀ ਆਮ ਲੋਕਾਂ ਵਿੱਚ ਨਹੀਂ ਹੋਏਗੀ। ਪੰਜ ਨਵਾਜਾਂ ਪੜ੍ਹਨ ਵਾਲੇ ਲੋਕ, ਨਵਾਬ ਦੌਲਤ ਖਾਂ ਦੇ ਚਹੇਤੇ ਵੀ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਤੋਂ ਸੜਦੇ ਹੋਏ ਜਦੋਂ ਨਿੰਦਿਆ ਤੇ ਉਤਰੇ ਨੇ, ਇੱਥੋਂ ਤੱਕ ਕਹਿਣ ਲੱਗ ਪਏ, ਕਹਿੰਦੇ ਸਾਰੇ ਦੇ ਸਾਰੇ ਹਰਜਾਨੇ ਜੈਰਾਮ ਨੂੰ ਭਰਨੇ ਪੈਣੇ। ਪਤਾ ਲੱਗੂਗਾ ਰਿਸ਼ਤੇਦਾਰੀਆਂ ਕਿਵੇਂ ਨਿਭਾਈ ਦੀਆਂ। ਅੱਜ ਤੇ ਬੜੀ ਸਿਫਤ ਹੋ ਰਹੀ ਹੈ ਨਾ ਵੀ ਜੈਰਾਮ ਜੀ ਦੇ ਰਿਸ਼ਤੇਦਾਰ ਨੇ ਲੰਗਰ ਖੋਲ੍ਹਤੇ। ਬਹੁਤ ਵੱਡਾ ਦਿਲ ਹੈ, ਰਾਜਿਆਂ ਤੋਂ ਮਹਾਨ ਹੈ। ਮਿਲ ਕਰ ਚੱਲ ਆਏ ਤੇ ਧਾਮਾ। ਜੈ ਰਾਮ ਜੀ ਰੋਜ਼ ਏਦਾਂ ਦੀਆਂ ਗੱਲਾਂ ਸੁਣਦੇ ਨੇ ਪਰ ਅਸਰ ਨਹੀਂ ਹੁੰਦਾ, ਕਿਉਂਕਿ ਅੱਗੇ ਬਹੁਤ ਅਸਰ ਹੋ ਗਿਆ ਸੀ। ਕੋਸ਼ਿਸ਼ ਕਰਦੇ ਨੇ ਮੈਂ ਲੋਕਾਂ ਦੀਆਂ ਗੱਲਾਂ ਤੇ ਇਤਬਾਰ ਨਾ ਕਰਾਂ। ਜ਼ਮਾਨੇ ਦੀ ਇਹ ਕਾਰ ਹੈ, ਜ਼ਮਾਨੇ ਦੀ ਖਿਦਰਤ ਹੈ, ਇਹੋ ਜਿਹੀਆਂ ਗੱਲਾਂ ਕਰਨੀਆਂ। ਆਖਿਰਕਾਰ ਜੈ ਰਾਮ ਜੀ ਦੇ ਕੁਝ ਮਿੱਤਰ ਜੋ ਬਚਪਨ ਤੋਂ ਉਹਨਾਂ ਨਾਲ ਪਾਠਸ਼ਾਲਾ ਪੜ੍ਹਦੇ ਰਹੇ ਆ, ਜਦੋਂ ਉਹਨਾਂ ਦੇ ਸੰਗ ਨਿੰਦਕਾਂ ਦਾ ਕੀਤਾ, ਚੁਗਲਾਂ ਦਾ ਕੀਤਾ, ਜੀਵਨ ਤੇ ਪ੍ਰਭਾਵ ਪੈ ਜਾਂਦਾ ਹੈ। ਨਿੰਦਕ ਦੇ ਵਿੱਚ ਇੱਕ ਖੂਬੀ ਹੈ, ਉਹ ਆਪਣੀਆਂ ਗੱਲਾਂ ਨੂੰ ਜਚਾ ਕੇ ਏਦਾਂ ਪੇਸ਼ ਕਰਦਾ ਹੈ ਵੀ ਸੁਣਨ ਵਾਲਾ ਬਿਨਾਂ ਦੇਖੇ ਹੀ ਇੰਨਾ ਵੱਡਾ ਭਰੋਸਾ ਕਰ ਲੈਂਦਾ ਹੈ, ਉਸ ਭਰੋਸੇ ਵਿੱਚ ਉਹਨੂੰ ਖਤਾ ਖਾਣੀ ਪੈਂਦੀ ਹੈ। ਜੈ ਰਾਮ ਜੀ ਦੇ ਮਿੱਤਰ ਸਾਥੀ ਇਕੱਠੇ ਹੋਏ, ਆਪਣੇ ਵੱਲੋਂ ਹਮਦਰਦੀ ਪੇਸ਼ ਕਰਦੇ ਆ, ਕਹਿੰਦੇ ਸਾਡਾ ਮਿੱਤਰ ਹੈ, ਸਾਡਾ ਨਾਤੀ ਹੈ, ਉੱਠਦੇ ਬਹਿੰਦੇ ਆ, ਜੇ ਉਹਦੀ ਨਿੰਦਿਆ ਹੁੰਦੀ ਹੈ ਤੇ ਸਮਝੋ ਸਾਡੇ ਹੀ ਹੈ, ਚਲੋ ਇਕੱਠੇ ਹੋ ਕੇ ਜਾਂਦੇ ਆ। ਜੈ ਰਾਮ ਜੀ ਨੂੰ ਮਿਲ ਕੇ ਸਾਰੀ ਗੱਲ ਸਮਝਾਈਏ ਵੀ ਕੀ ਲੈਣਾ ਹੈ ਉਹ ਜੇ ਰਿਸ਼ਤੇਦਾਰਾਂ ਤੋਂ, ਜਿੰਨਾ ਕਰਕੇ ਤੁਹਾਡੀ ਬਦਨਾਮੀ ਹੁੰਦੀ ਹੈ, ਉਹਨਾਂ ਦਾ ਕਿਹੜਾ ਘਰ ਨਹੀਂ, ਪਿੰਡ ਭੇਜ ਦਿਓ। ਹੁਣ ਮਿੱਤਰਾਂ ਦੀ ਗੱਲ ਕੌਣ ਮੋੜਦਾ ਹੁੰਦਾ ਜੀ। ਜੈ ਰਾਮ ਜੀ ਦੇ ਜਿੰਨੇ ਸਾਥੀ ਸੀ, ਜਿੰਨੇ ਮਿੱਤਰ ਸੀ, ਉਹਨਾਂ ਦੇ ਕੁਲੀਗ ਸਨ ਨਾਲ ਕੰਮ ਕਰਨ ਵਾਲੇ 15-20 ਬੰਦੇ ਇਕੱਠੇ ਹੋ ਗਏ, ਮਿਲਣ ਵਾਸਤੇ ਆਏ ਨੇ, ਪਰ ਮਿਲਣ ਵਾਸਤੇ ਉਹ ਘਰੇ ਨਹੀਂ ਆਏ, ਕਿਸੇ ਵਿਸ਼ੇਸ਼ ਥਾਂ ਤੇ, ਕਿਉਂਕਿ ਘਰ ਆਈਆਂ ਗੱਲਾਂ ਪਰਦੇ ਨਹੀਂ ਰਹਿਣਗੀਆਂ। ਜੈ ਰਾਮ ਜੀ ਨਾਲ ਉਹਨਾਂ ਨੇ ਸਮਾਂ ਨਿਯਤ ਕਰ ਲਿਆ, ਪਰ ਜੈ ਰਾਮ ਇਸ ਗੱਲ ਤੋਂ ਅਣਜਾਣ ਨੇ ਵੀ ਹੋਣਾ ਕੀ ਹੈ, ਕਿਤੇ ਨਾ ਕਿਤੇ ਗੁਰੂ ਨਾਨਕ ਸਾਹਿਬ ਜੀ ਦੇ ਵਿਰੁੱਧ ਵੀ ਆਵਾਜ਼ ਉੱਠਦੀ ਰਹੀ ਹੈ। ਬੋਲ ਇਕਾਕੀ ਕਰ ਲੇ ਬੈਸੇ, ਕਹਿਣ ਚਿੰਤ ਰਹੇ ਤੂੰ ਕੈਸੇ। ਜੈ ਰਾਮ ਜੀ ਨੂੰ ਕੋਲ ਬਿਠਾ ਲਿਆ, ਪਹਿਲਾਂ ਸੁੱਖ ਸਾਂ ਦੀਆਂ ਗੱਲਾਂ ਕੀਤੀਆਂ, ਘਰ ਪਰਿਵਾਰ ਕਿਵੇਂ ਹੈ, ਕੰਮ ਕਾਰ ਕਿਵੇਂ ਹੈ, ਫਿਰ ਆਖਣ ਲੱਗੇ ਕਹਿੰਦੇ ਤੂੰ ਸਾਡਾ ਪ੍ਰਿਆ ਮਿੱਤਰ ਹੈ, ਬਹੁਤ ਪਿਆਰ ਹੈ, ਤੈਨੂੰ ਦੁੱਖ ਹੋਇਆ ਤੇ ਸਾਥੋਂ ਨਹੀਂ ਕਰਿਆ ਜਾਣਾ। ਜੈ ਰਾਮ ਜੀ ਅੱਜ ਤੁਹਾਡੀਆਂ ਬੜੀਆਂ ਗੱਲਾਂ ਹੋ ਰਹੀਆਂ, ਬੇਵਜ੍ਹਾ ਤੁਹਾਡੇ ਤੇ ਚਿੱਕੜ ਉਛਾਲਿਆ ਜਾਂਦਾ ਹੈ, ਲੋਕ ਤੁਹਾਡੇ ਬਾਰੇ ਮਾੜਾ ਚੰਗਾ ਕਹਿੰਦੇ ਆ। ਜੈ ਰਾਮ ਕਹਿੰਦੇ ਇਹੋ ਜਿਹਾ ਕੀ ਹੋ ਗਿਆ, ਕਹਿੰਦੇ ਅਸੀਂ ਤੇਰੇ ਆਪਣੇ ਹਾਂ ਤਾਂ ਤੇਰੇ ਕੋਲ ਆਏ ਹਾਂ, ਸਾਨੂੰ ਕੀ ਸੀ, ਆਪਣਾ ਸਮਝ ਕੇ ਤੈਨੂੰ ਸਮਝਾਉਣ ਲੱਗੇ ਹਾਂ, ਸਮਝਣਾ ਨਾ ਸਮਝਣਾ ਮਰਜ਼ੀ ਭਾਈ ਤੇਰੀ ਹੈ, ਪਰ ਤੇਰੇ ਨਾਲ ਜੋ ਹੋਣਾ ਹੈ ਉਹ ਠੀਕ ਨਹੀਂ ਹੋਣਾ। ਨਿਤ ਪ੍ਰਤ ਜੋ ਖੋਵਤ ਅਤ ਦਰਬਾ ਸੋ ਸਮਝੋ ਔਰ ਆਪਣੇ ਸਰਬਾ। ਚੰਗੀ
ਚੰਗੀ ਤਰ੍ਹਾਂ ਆਪਣੇ ਦਿਲ ਦੇ ਵਿੱਚ ਗੱਲ ਨੂੰ ਘੋਖ ਲਓ, ਇਹਦੀ ਪੜਤਾਲ ਕਰ ਲਓ ਵੀ ਤੁਹਾਡੇ ਰਿਸ਼ਤੇਦਾਰ ਨਾਨਕ ਜੀ, ਕਿਉਂਕਿ ਉਦੋਂ ਗੁਰੂ ਸ਼ਬਦ ਪ੍ਰਚਲਿਤ ਨਹੀਂ ਸੀ। ਇਹ ਘਰ ਪਰਿਵਾਰ ਦੀਆਂ ਗੱਲਾਂ ਨੇ, ਉਹ ਜੀ ਸ਼ਬਦ ਵੀ ਨਹੀਂ ਸੀ ਵਰਤਦੇ। ਚਲੋ ਆਪਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਅਦਬ ਕਰਦੇ ਹਾਂ, ਜੀ ਸ਼ਬਦ ਕੋਸ਼ਿਸ਼ ਕਰਦੇ ਹਾਂ ਵੱਧ ਤੋਂ ਵੱਧ ਵਰਤੇ ਆ ਗਏ, ਕਿਉਂਕਿ ਉਹਨਾਂ ਹਾਲਾਤਾਂ ਵਿੱਚ ਜਦੋਂ ਜਾ ਕੇ ਉਹਨਾਂ ਦੇ ਮੂੰਹ ਤੋਂ ਗੱਲ ਸੁਣਾਉਣੀ ਆ ਨਾ, ਫਿਰ ਜੀ ਨਹੀਂ ਬੋਲਿਆ ਜਾਣਾ। ਕਹਿੰਦੇ ਤੁਹਾਡੇ ਰਿਸ਼ਤੇਦਾਰ ਨਾਨਕ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੋਦੀ ਖਾਨਾ ਉਜਾੜਦੇ ਨੇ, ਇਹ ਸ਼ਬਦਾਵਲੀ ਆ ਉਹਨਾਂ ਦੀ। ਹੁਣ ਵੰਡਣ ਤੇ ਉਜਾੜਨ 'ਚ ਫਰਕ ਹੈ ਜੀ, ਨਜ਼ਰੀਆ ਹੀ ਬਦਲ ਜਾਂਦਾ ਹੈ। ਤੁਸੀਂ ਕਹਿੰਦੇ ਹੋ ਫਲਾਣਾ ਬੰਦਾ ਘਰ ਉਜਾੜਦਾ, ਖਿਆਲ ਕਿੱਥੇ ਚਲੇਗੀ ਵੀ ਬਰਬਾਦੀ ਹੋ ਰਹੀ ਹੈ। ਅਤੇ ਕੋਈ ਆਖੇ ਜੀ ਉਹ ਬੰਦਾ ਆਪਣੇ ਘਰ ਤੋਂ ਦਾਨ ਪੁੰਨ ਕਰਦਾ ਹੈ, ਅਤੇ ਉਹਦਾ ਵੱਡਾਪਣ ਦਿਸਣਾ ਸ਼ੁਰੂ ਹੋ ਜਾਂਦਾ। ਹੁਣ ਸੱਪ ਦਾ ਜ਼ਹਿਰ ਹਰ ਇੱਕ ਨੇ ਤਾਂ ਡੰਗ ਨਹੀਂ ਖਾਧਾ, ਪਰ ਸੱਪ ਦਾ ਨਾਮ ਜਦੋਂ ਸਾਹਮਣੇ ਆ ਜਾਵੇ ਤਾਂ ਜ਼ਹਿਰ ਅੱਖਾਂ ਸਾਹਮਣੇ ਘਾਤਕ ਬਣ ਕੇ ਆ ਜਾਂਦਾ, ਉਹਦੇ ਨਾਮ ਤੋਂ ਹੀ ਖੌਫ ਹੁੰਦਾ। ਜਦੋਂ ਉਹਨਾਂ ਨੇ ਗੱਲ ਕੀਤੀ ਕਹਿੰਦੇ ਮੋਦੀ ਖਾਨਾ ਉਜੜਨ ਵਾਲਾ ਹੈ, ਉਜਾੜੇ ਦੇ ਰਾਹ ਤੇ ਚੱਲਿਆ ਹੋਇਆ, ਸਵੇਰ ਤੋਂ ਲੈ ਕੇ ਸ਼ਾਮ ਤੱਕ ਸਭ ਕੁਝ ਲੁਟਾਈ ਜਾਂਦਾ ਏ, ਬਾਦ ਖੋਏ ਸੋ ਜਾਏ ਪਲਾਈ, ਸਗਰੋ ਝਗਰ ਤੁਝ ਕਰ ਪਾਈ। ਕਹਿੰਦੇ ਵੇਖੋ ਇਹ ਗੱਲ ਪੱਕੀ ਹੈ, ਕੋਈ ਸੁਣੀ ਸੁਣਾਈ ਨਹੀਂ ਹੈ, ਇਹ ਗੱਲ ਕੋਈ ਦੰਦ ਕਥਾ ਤੇ ਹੈ ਨਹੀਂ। ਤੁਹਾਡੇ ਰਿਸ਼ਤੇਦਾਰ ਭਾਵ ਮੋਦੀ ਨੇ ਮੋਦੀ ਖਾਨਾ ਤੇ ਉਜਾੜ ਦਿੱਤਾ ਹੈ। ਇਹ ਨਹੀਂ ਕਿਹਾ ਵੀ ਉੱਜੜਨ ਲੱਗਿਆ ਜਾਂ ਉੱਜੜ ਜਾਏਗਾ, ਉਹ ਤੇ ਹੋਰ ਗੱਲਾਂ ਨੇ ਸੰਦਰਭ ਦੀਆਂ। ਕਹਿੰਦੇ ਉੱਜੜ ਚੁੱਕੀ ਹੈ, ਇਹ ਕੱਲ੍ਹ ਭੱਜੇ, ਅੱਜ ਭੱਜੇ, ਇੱਕ ਹਫ਼ਤੇ ਨੂੰ ਭੱਜੇ, ਭੱਜਣਾ ਵੀ ਇਹ ਰਾਤ ਨੂੰ ਹੈ। ਜੈਰਾਮ ਜੀ ਲੱਖਾਂ ਰੁਪਇਆਂ ਦਾ ਹਿਸਾਬ ਕਿਤਾਬ ਤੁਹਾਡੇ ਗੱਲ ਪੈਣ ਵਾਲਾ, ਖੋਸਾ ਤਨਾਮ ਤਿਆਰੀ ਕਰ ਲਓ, ਭੁਗਤਣਾ ਪੈਣਾ ਤਾਂ ਹਰਜਾਨੇ ਭਰਨੇ ਪੈਣੇ ਆ। ਬੜੀ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ, ਤੁਸੀਂ ਨਹੀਂ ਸਮਝਾਇਆ, ਕੀ ਕਰੋਗੇ, ਜ਼ਿੰਮੇਵਾਰ ਤੁਸੀਂ ਹੋ। ਅੱਜ ਮੋਦੀ ਖਾਨਾ ਉਜੜਿਆ, ਕੱਲ੍ਹ ਤਾਲਾ ਲੱਗ ਜਾਏਗਾ, ਪਰ ਸਮੇਂ ਦੇ ਰਾਜੇ ਨੇ ਹਿਸਾਬ ਕਿਤਾਬ ਤੁਹਾਡੇ ਤੋਂ ਲੈਣਾ ਹੈ। ਤੁਸੀਂ ਪਿੰਡ ਨਗਰ ਛੱਡ ਕੇ ਇੱਥੋਂ ਭੱਜ ਨਹੀਂ ਸਕਦੇ। ਸੋ ਖਰਚਨ ਕੋ ਲਖਤ ਆਸਾਨਾ, ਤੁਝ ਕੋ ਮੁਸ਼ਕਲ ਬਣੇ ਮਹਾਨਾ। ਇਹ ਸ਼ਬਦ ਵਰਤਦੇ ਆ, ਕਹਿੰਦੇ ਜਿਹੜਾ ਰਾਜਾ ਬਣ ਕੇ ਮੋਦੀ ਖਾਨੇ ਤੇ ਬੈਠਾ ਹੈ, ਸਵੇਰ ਤੋਂ ਲੈ ਕੇ ਸ਼ਾਮ ਤੱਕ ਵੰਡੀ ਜਾਂਦਾ ਹੈ, ਕੱਫੇ ਭਰ ਭਰ ਕੇ, ਝੋਲੀਆਂ ਭਰ ਭਰ ਕੇ। ਕਹਿੰਦੇ ਉਹ ਇਸ ਗੱਲ ਨੂੰ ਭੁੱਲ ਚੁੱਕੇ ਨੇ ਵੀ ਹਿਸਾਬ ਵੀ ਹੋਣਾ ਹੈ, ਇੰਨਾ ਕੁਝ ਜਿਹੜਾ ਵੰਡਿਆ ਹੈ ਉਹਦਾ ਹਿਸਾਬ ਕੌਣ ਦੇਏਗਾ। ਜੈਰਾਮ ਜੀ ਤੁਹਾਨੂੰ ਦੇਣਾ ਪੈਣਾ ਹੈ, ਤੁਰਕਾਂ ਦੀ ਸਰਕਾਰ ਹੈ, ਪਾਈ ਪਾਈ ਕੌਡੀ ਕੌਡੀ ਦਾ ਹਿਸਾਬ ਉਹ ਸਭ ਤੋਂ ਲੈਂਦੇ ਹਨ। ਉਪਰ ਨਿਜ ਲਿਖਾ ਚਲੇ ਇਲਾਜ ਨਾ ਤੂੰ ਦੇ ਸਿੱਖਾ। ਤੁਹਾਡੇ ਤੋਂ ਬਕਾਇਆ ਦਿੱਤਾ ਨਹੀਂ ਜਾਣਾ, ਕਿਉਂਕਿ ਸਵੇਰ ਤੋਂ ਸ਼ਾਮ ਤੱਕ ਦੇ ਉਜਾੜੇ ਦਾ ਹਿਸਾਬ ਕੌਣ ਰੱਖ ਸਕਦਾ, ਕੌਣ ਰੱਖੇਗਾ। ਤੇ ਤੁਹਾਡੇ ਸੰਬੰਧ ਰਾਜੇ ਨਾਲ ਹੁਣ ਬਹੁਤੇ ਸਿਖਾਵੇ ਨਹੀਂ, ਨਵਾਬ ਦੌਲਤ ਖਾਂ ਦੇ ਨਾਲ ਵੀ ਅੱਜ ਤੁਹਾਡੀ ਅਣਬਣ ਹੋ ਰਹੀ ਹੈ, ਉੱਠਣੀ ਬੈਠਣੀ 'ਚ ਫਰਕ ਪੈਂਦਾ ਜਾਂਦਾ ਹੈ ਤੁਹਾਡੇ ਰਿਸ਼ਤੇਦਾਰ ਕਰਕੇ। ਰਾਜਨੀਤੀ ਕਹਿੰਦੀ ਹੈ ਰਿਸ਼ਤੇਦਾਰਾਂ ਅਤੇ ਮਿੱਤਰਾਂ ਦੇ ਕੰਮ ਕਾਜ ਦੇ ਵਿੱਚ ਕਦੇ ਹਾਮੀ ਨਾ ਉੱਠੋ, ਜਿੱਦਣ ਤੁਸੀਂ ਆਪਣਾ ਸਮਝ ਕੇ ਕਿਸੇ ਦਾ ਕੰਮ ਕਰਾਓਗੇ ਜ਼ਿੰਦਗੀ ਭਰ ਜੁੱਤੀਆਂ ਖਾਓਗੇ, ਆਖੋ ਸਤਨਾਮ ਜ਼ਿੰਦਗੀ ਭਰ ਤਾਨੇ ਮਿਲਦੇ ਰਹਿਣਗੇ। ਜੇ ਤੇ ਕੰਮ ਹੋ ਗਿਆ ਠੀਕ ਫਿਰ ਤੇ ਕੀਤਾ ਅਸੀਂ, ਜੇ ਹੋ ਗਿਆ ਖਰਾਬ ਅੱਗ ਲੱਗੇ ਰਿਸ਼ਤੇਦਾਰ ਨੂੰ, ਸਾਡੇ ਤੇ ਪੈਸੇ ਡੁਬਾ ਤੇ, ਸਾਨੂੰ ਤੇ ਉਹਨੇ ਫਸਾ ਤਾ, ਫਿਰ ਇਹ ਕੁਛ ਕਹਿਣਾ ਹੈ। ਹੁਣ ਉਹ ਦੁਨੀਆਂ ਦੀ ਗੱਲ ਸਮਝਾਉਂਦੇ ਆ, ਕਹਿੰਦੇ ਕਿਉਂ ਆਪਣੇ ਰਿਸ਼ਤੇਦਾਰ ਦੇ ਮਗਰ ਲੱਗ ਕੇ ਤੂੰ ਆਪਣਾ ਘਰ ਉਜਾੜਨ ਲੱਗੇ ਆ, ਤੈਨੂੰ ਤੇ ਲਿਆਉਣਾ ਹੀ ਨਹੀਂ ਚਾਹੀਦਾ ਸੀ ਇੱਥੇ, ਕਿਉਂ ਲੈ ਕੇ ਆਏ। ਜਿਸ ਦੇ ਪਿਤਾ ਕਹਿੰਦੇ ਨੇ ਮੇਰਾ ਪੁੱਤ ਨਿਕੰਮਾ ਮੇਰੇ ਘਰ ਕੰਮ ਨਹੀਂ ਕਰ ਸਕਦਾ, ਜੈਰਾਮ ਤੂੰ ਇਹ ਮੁਸੀਬਤ ਆਪਣੇ ਗੱਲ ਕਿਉਂ ਪਾਈ ਹੈ। ਇਹ ਨਿੰਦਕਾਂ ਦੀ ਬੋਲੀ ਹੈ, ਉਹ ਲੋਕ ਰੱਬ ਨੂੰ ਮੁਸੀਬਤ ਦੱਸਦੇ ਆ, ਜ਼ਮਾਨਾ ਰੱਬ ਨੂੰ ਜੱਬ ਦੱਸਦਾ ਹੈ, ਤੇ ਬੋਲਿਆ ਉਹਨਾਂ ਨੇ ਕਹਿੰਦੇ ਤੂੰ ਕੀ ਖੱਟੇਗਾ, ਤੇਰੇ ਕੋਲ ਹੈ ਕੀ ਹੈ, ਕੀ ਰਹਿ ਜਾਏਗਾ, ਘਰ ਬਾਰ ਤੇਰਾ ਕੁਰਕ ਹੋਏਗਾ, ਇੱਜ਼ਤ ਤੇਰੀ ਚਲੀ ਜਾਏਗੀ, ਅੱਗੇ ਵੀ ਵਕਤ ਹੈ ਮੋਦੀ ਖਾਨਾ ਬੰਦ ਕਰਾ ਦੇ ਜਾ ਕੇ। ਗੱਲ
गल कित्थे जा रही है भी ओ जाणदे आ बंद कराउणा ही भलाई है। ये नहीं कहिंदे उन्हां नूं जाके समझायो भी खर्च ते आमदन का ध्यान रखो। चेते हुंदे हमदर्द फिर तीता नहीं दे ते जिहड़ा बंदा विरोधी होएगा ना उहनूं जो चंगा नहीं लगता वह कोशिश करता भी जी वह चीज़ नूं मैं इस तरीके ना हैंडल कर दूं बंद ही हो जाए। तो जय राम जी कल्ले ने समझाउण वाले भी नहीं आ हुणे दसो जी भी बंदे अगे एक बंदा की चीज है किन्ना भी सियाणा हो किन्ना भी समझदार हो। जय राम जी सुनते गए हैरानी हुई भी मैनू तो पता नहीं लग्या गल्लां इत्थों तक आ गई। कहिंदे समें दे बादशाह समें दे राजे ने क्योंकि इत्थों दा नवाब है एक वड्डा राजा है सुल्तान तो लोधी दा नवाब दौलत खां जी लोधी कहिंदे आ भी उहदा सुभाअ बड़ा अथरा है किसी की परवाह नहीं करता। सरकारां कदे किसे नाल समझौता नहीं करदियां सरकारां दे रूप अलग हुंदे ने हुकूमतां दे किसे दे बिद नहीं हुंदे हुकूमतां बंदियां नूं वरत के चमचियां दे वांग चट के सुट दिंदियां ने किसे जोगा नहीं रहिंदा। कहिंदे तूं जयराम नवाब नाल उठदा पैंदा सी इह चार दिनां दी गल है भई सभा दे विच तैनूं शर्मिंदा होणा पैणा है। दीर्घ दर्शी जे मतवाना करण अस प्रकार धन हन सारियां गल्लां करके बाद विच गुरु नानक साहिब जी दा जिक्र कर रहे आ कहिंदे जिहड़े दीर्घ दर्शी लोग होंदे दीर्घ दर्शी कौन है मतलब जो लम्मा सोच के चलते हैं भी मेरे को इन्ने पैसे ने मैं इन्ना वक्त गुजारना है कितना डिवाइड करना किन्ने वर्तां किन्ने सेव रखा उन्हों कहते दीर्घ दर्शी। कहते जे उन्हों की सोच पाप गुरु साहब की उन्होंने मुताबिक भी दीर्घ दर्शी होंगी वो सोच लेंगे भी जो कुछ मैं लटाउन लगे हुए ये वाहवा लम्मा समा भी नहीं चल सकता है पर नहीं उन्होंने सिर्फ ये दिसदा भी जो मेरे को मैं वंडदा मैं लोगों दे रहा मेरी वाह वाह हो रही। देखो तुम पुन का काम करोगे लोग भी माड़ा कहेंगे तुम माड़े काम करोगे जमाना तो फटियां लेके घूमेगा चंगे काम भी करोगे ना गुरुद्वारे जाने लग जो लोग कहन गए वेला तो टाइम पास मिलता रोजी रोज की फुला रही की दबिया दिया वो भी बोलेंगे तो जे हो कच्चे पिले सुन के कहे छा बाकी भी तो लोग पार्क अच्छ घूमते असं की कर पर जिन्हां दे गुरु की कृपा उन्हां ते प्रभाव नहीं होंदा ते जे कोई चंगे काम करदा जमाना तां भी माड़ा कहूगा माड़े करदा लोकां फिर भी कहना नहीं करदा लोकी कहिंदे तेरी उम्र है तेरे वर्गे बंदे ते इहो जे काम करदे फिरदे तूं सुता रहे कित्थों जांदी। हुण गुरु साहिब जी दे परथाए की गल्लां होईआं अंतरजामी प्रीतम प्यारे सब कुछ जाणदे ने पर शांति रखदे ने अपनी एकाग्रता भंग नहीं होण दिंदे। जय राम जी ने जदों सुणिआ सुण के डर गए भी तो मैनू भरना पै जाना सारा कुछ और गल भी वह कहते जो मित्र ने हम दसो जी मित्रां की गलते शक किया जा सकता है एक मित्र गलत हो साडा दो हो चार हो भी नहीं गलत हो जे सहपाठी ने नाल पढ़ने वाले ने कहते असं तेरा भला लोचते हैं भला सोचते हैं ये गल् नवाब को जा रही ने बाल सखाई को लख मीटा कई बार रिश्ते नाते बंदे उस चुराहे ते लिया के खड़ा कर देंदे ने जिथे कदे इंसान ने सुपने विच सोचिया भी नहीं हुंदा भी इन्ना बुरा मेरा हो किने कीता अपनिया ने जे मारिया अपनिया ने बगाने का कोई डर नहीं बस अपनिया तो सावधान रहो। आखो सतनाम समाज ये सिखाउंदा है राजनीति ये सिखाउंदी है कहिंदी जिस वेले गल होई कि जिक्र होया ना जयराम जी के पैर कंबण लग पे नवाब दौलत खां का चेहरा सामने आ जाता है मोदी खाने में गुरु साहब जिहड़े दान बन रहे आ गरीबां का भला करते आ वो भी हुण इदां लगन लग गया उजाड़े वाला पासा जा रहे क्योंकि मित्रां ते शक नहीं कीता जा सकता पर हाँ मित्र तुहाडे जिंदगी दे फैसले नहीं कर सकते कि तुसीं अपने दिमाग नाल करने अपनी सोची नाल करने ब्लाइंड फेथ अपने आते भी करो बगानियां ते भी करो माड़ा ही माड़ा है घाटा ही घाटा है
ਤੇ ਅੰਨਾ ਭਰੋਸਾ ਆਪਣੇ ਆਪ ਤੇ ਵੀ ਹੋਣਾ ਨਹੀਂ ਚਾਹੀਦਾ। ਸਤਨਾਮ। ਫਿਰ ਕੀ ਕਰੀਏ ਜੀ, ਆਪਣੇ ਆਪ ਤੇ ਵੀ ਭਰੋਸਾ ਨਾ ਹੋਵੇ, ਲੋਕਾਂ ਤੇ ਵੀ ਨਾ ਕਰੋ, ਰਿਸ਼ਤੇਦਾਰਾਂ ਤੇ ਵੀ ਨਾ ਕਰੋ, ਕਰਨਾ ਕੀ ਹੈ? ਫਿਰ ਬਾਣੀ ਨੇ ਸਮਝਾਇਆ, ਕਹਿੰਦੇ ਵਕਤ ਵਿਚਾਰਿਆ ਕਰ, ਵਕਤ ਦੀ ਚਾਲ ਵੇਖ, ਵਕਤ ਦੀ ਢਾਲ ਵੇਖ, ਵਕਤ ਨਾਲ ਸੋਚ ਸਮਝ ਕੇ ਲਏ ਹੋਏ ਫੈਸਲੇ ਇੱਜ਼ਤਦਾਰ ਬਣਾਉਂਦੇ ਨੇ, ਮਨ ਮਰਜ਼ੀ ਦੇ ਕੀਤੇ ਹੋਏ ਫੈਸਲੇ ਠੋਕਰ ਪਵਾਉਂਦੇ ਨੇ। ਜੈ ਰਾਮ ਜੀ ਬੈਠੇ ਸੋਚ ਰਹੇ ਆ, ਮਿੱਤਰਾਂ ਦੀਆਂ ਗੱਲਾਂ ਕੰਨਾਂ ਵਿੱਚ ਗੂੰਜ ਰਹੀਆਂ ਨੇ, ਉਹ ਇੱਕੋ ਗੱਲ ਕਹਿੰਦੇ ਆ, ਕਹਿੰਦੇ ਸਾਨੂੰ ਦੁੱਖ ਹੈ, ਹਮਦਰਦੀ ਹੈ, ਅਸੀਂ ਤੇਰੀ ਇੱਜ਼ਤ ਬਚਾਉਣ ਆਏ ਆ ਕਿਉਂਕਿ ਤੂੰ ਸਾਡਾ ਹੈ। ਜਦ ਜੈ ਰਾਮ ਜੀ ਤੇਰੇ ਵੱਲ ਉਂਗਲਾਂ ਉੱਠਣ ਗਈਆਂ, ਸਾਨੂੰ ਵੀ ਦੁੱਖ ਹੋਣਾ ਏ। ਸਹਿ ਨਾ ਸਕੇ ਹਮ ਏ ਮਨ ਮਾਹੀ, ਅਪਰਹਿਤ ਕੋ ਜਾਣਹੁ ਨਾਹੀ। ਇਹਨਾਂ ਚੋਂ ਕੁਝ ਚੁਲਲ ਖੋਰ ਸਨ, ਕੁਝ ਵਿਚਾਰੇ ਐਵੇਂ ਤੁਰੇ ਹੋਏ ਸੀ ਨਾਲ ਹਮਦਰਦੀ ਦੇ ਚੱਕਰ, ਬਹੁਤਾ ਨਹੀਂ ਸੋਚਿਆ। ਕਹਿੰਦੇ ਜੀ ਸਾਡੇ ਤੋਂ ਤਾਂ ਸਿਹਾ ਨਹੀਂ ਜਾਣਾ, ਅਸੀਂ ਸਹਿ ਨਹੀਂ ਸਕਦੇ, ਸਾਥੋਂ ਝੱਲ ਨਹੀਂ ਹੁੰਦਾ, ਤਾਂ ਹੀ ਤੁਹਾਡੇ ਕੋਲ ਆ ਗਏ ਹਾਂ। ਹੁਣ ਵੇਖੋ ਮਿੱਤਰਤਾ, ਮਿੱਤਰ ਉਹ ਹੈ ਜਿਹੜਾ ਮਿੱਤਰ ਨੂੰ ਇਹੋ ਜਿਹੇ ਹਾਲਾਤਾਂ ਚੋਂ ਕੱਢੇ। ਮਿੱਤਰ ਉਹ ਨਹੀਂ ਜੇ ਮਿੱਤਰ ਤੇ ਮਾੜਾ ਸਮਾਂ ਆ ਗਿਆ ਤੇ ਸਿੱਖਿਆ ਦੇਣ ਬਹਿ ਜੇ, ਤੂੰ ਆਏ ਕੀਤਾ, ਤੂੰ ਆਏ ਕੀਤਾ, ਤੂੰ ਉਹ ਕਰ ਲਿਆ, ਉਹ ਮਿੱਤਰ ਥੋੜੀ ਹੈ। ਉਹ ਤੇ ਮਤਲਬ ਵੀ ਬੰਦਾ ਹੈ ਆਪਣੀ ਫਰਸਟ੍ਰੇਸ਼ਨ ਕੱਢਣ ਵਾਸਤੇ, ਆਪਣਾ ਆਪ ਤੈਨੂੰ ਸ਼ੀਸ਼ਾ ਦਿਖਾਉਣ ਵਾਸਤੇ ਉਹਨੇ ਤੇਰਾ ਮਾੜਾ ਵਕਤ ਚੁਣਿਆ, ਤੇਰੇ ਬੁਰੇ ਵਕਤ ਵਿੱਚ ਆ ਕੇ ਤੈਨੂੰ ਮਤ ਦੇਣ ਲੱਗਾ ਵੀ ਤੂੰ ਗਲਤ ਸੀ, ਤੇਰੇ ਫੈਸਲੇ ਗਲਤ ਸੀ। ਬੰਦਾ ਤੇ ਪਹਿਲਾਂ ਦੁਖੀ ਹੈ, ਤੁਸੀਂ ਕੀ ਸਿੱਧ ਕਰਨਾ ਚਾਹੁੰਦੇ ਹੋ? ਉਹਨੂੰ ਸਮਝਾ ਕੇ ਇਸ ਸਮੇਂ ਇਸ ਵੇਲੇ ਉਹਨੂੰ ਇਹ ਆਖੋ, ਅਸੀਂ ਤੇਰੇ ਨਾਲ ਖੜੇ ਹਾਂ, ਤੂੰ ਚਿੰਤਾ ਨਾ ਕਰ, ਜੇ ਐਸਾ ਸਮਾਂ ਵੀ ਤੇਰੇ ਤੇ ਆਇਆ ਸਾਥ ਨਹੀਂ ਛੱਡਾਂਗੇ। ਪਰ ਮਿੱਤਰ ਕਿਹੋ ਜਿਹੇ ਸੀ? ਮਿੱਤਰ ਕਹਿੰਦੇ ਅੱਗੇ ਤੇਰੀ ਮਰਜ਼ੀ ਹੈ, ਤੇਰਾ ਭਾਈ ਰਿਸ਼ਤੇਦਾਰ ਹੈ, ਸਾਡਾ ਤੇ ਨਾਤਾ ਕੋਈ, ਇਹ ਤੂੰ ਵੇਖਣਾ ਜੈ ਰਾਮ, ਰਿਸ਼ਤੇਦਾਰ ਨਾਲ ਰਿਸ਼ਤੇਦਾਰੀ ਨਿਭਾਉਣੀ ਹੈ ਜਾਂ ਆਪਣੀ ਇੱਜ਼ਤ ਬਚਾਉਣੀ ਹੈ। ਹੁਣ ਦੋ ਚੀਜ਼ਾਂ ਨੇ, ਰਿਸ਼ਤੇਦਾਰੀ ਵੀ ਛੱਡੀ ਨਹੀਂ ਜਾਣੀ ਤੇ ਇੱਜ਼ਤ ਵੱਲ ਅਣਦੇਖਿਆ ਨਹੀਂ ਕੀਤਾ ਜਾ ਸਕਦਾ। ਕਹਿੰਦੇ ਜੈ ਰਾਮ ਇੰਨੇ ਦੁਖੀ ਹੋ ਗਏ, ਇੰਨੇ ਪਰੇਸ਼ਾਨ ਹੋ ਗਏ, ਲੋਕਾਂ ਦੀਆਂ ਗੱਲਾਂ ਨੇ ਤੁਹਾਨੂੰ ਪਰੇਸ਼ਾਨ ਕਰ ਦੇਣਗੀਆਂ, ਇਸ ਕਰਕੇ ਬਹੁਤੀਆਂ ਗੱਲਾਂ ਨਾ ਸੁਣੋ, ਬਹੁਤਿਆਂ ਦੀ ਸਲਾਹ ਨਾ ਲਓ, ਬਹੁਤਿਆਂ ਦੇ ਕੋਲ ਉੱਠੋ ਬੈਠੋ ਨਾ। ਜ਼ਿੰਦਗੀ ਵਿੱਚ ਸੁਖੀ ਰਹਿਣ ਦਾ ਸਭ ਤੋਂ ਵੱਡਾ ਇਹ ਅਵਸਰ ਹੈ, ਇਹ ਦਵਾਈ ਹੈ। ਜਿੰਨੀਆਂ ਮਰਜ਼ੀ ਮੈਡੀਸਨ ਲਈ ਚੱਲੋ, ਜੇ ਲੋਕਾਂ ਦੀਆਂ ਗੱਲਾਂ ਸੁਣਨ ਨੂੰ ਨਹੀਂ ਨਾੜਦੇ, ਉਹਦੀ ਉਹਦੇ ਕੋਲ ਸੁਣ ਲਈ, ਉਹਦੀ ਉਹਦੇ ਕੋਲ ਸੁਣ ਲਈ, ਲਿਖਾ ਕੇ ਲੈ ਲਓ ਰੱਬ ਦੇ ਘਰ ਬਹਿ ਕੇ, ਜ਼ਿੰਦਗੀ 'ਚ ਇੱਕ ਪਲ ਵੀ ਸੁੱਖ ਦਾ ਨਹੀਂ ਆਉਣਾ। ਆਖੋ ਸਤਨਾਮ। ਬੰਦੇ ਦੀਆਂ ਤੇ ਆਪਣੀਆਂ ਮੁਸੀਬਤਾਂ ਨਹੀਂ ਜਾਂਦੀਆਂ ਤੇ ਲੋਕਾਂ ਦੀਆਂ ਜ਼ਰੂਰੀ ਹੋਣ ਲੈਣੀਆਂ। ਦੁਨੀਆਂ ਤੇ ਐਸੀ ਹੈ, ਗੁਰੂ ਨਾਨਕ ਸਾਹਿਬ ਜੀ ਦੇ ਪਰਥਾਏ ਜ਼ਮਾਨੇ ਨੇ ਕੀ ਨਹੀਂ ਕੀਤਾ। ਹੁਣ ਇਹ ਕਥਾ ਸੁਣ ਕੇ ਸਾਨੂੰ ਕੀ ਸਿੱਖਣਾ ਚਾਹੀਦਾ? ਸਿੱਖਿਆ ਇਹ ਹੈ ਵੀ ਦੁਨੀਆਂ ਨੂੰ ਕਿਸੇ ਨੇ ਨਹੀਂ ਜਿੱਤਿਆ, ਜ਼ਮਾਨਾ ਜਿੱਤਿਆ ਵੀ ਜਾਣਾ ਜਦੋਂ ਤੱਕ ਆਪਣਾ ਮਨ ਨਹੀਂ ਜਿੱਤਿਆ ਜਾਂਦਾ। ਸਤਿਗੁਰ ਬਾਣੀ ਵਿੱਚ ਕਹਿੰਦੇ ਨੇ ਮਨ ਜੀਤੈ ਜਗ ਜੀਤ, ਜਿਹਨੇ ਮਨ ਤੇ ਜਿੱਤ ਹਾਸਲ ਕਰ ਲਈ, ਮਨ ਤੇ ਜਿੱਤ ਕਿਹੜੀ ਹੈ? ਨਾ ਕਿਸੇ ਦੀ ਨਿੰਦਿਆ ਸੁਣੀ, ਨਾ ਚੁਗਲੀ ਕੀਤੀ, ਨਾ ਮਾੜਿਆਂ ਦੇ ਸੰਗਤ ਬੈਠਾ, ਨਾ ਕਿਸੇ ਨੂੰ ਬੁਰਾ ਕਿਹਾ, ਇਕਾਗਰਤਾ ਨਾ। ਜਿਹਦਾ ਮਨ ਵਸ ਵਿੱਚ ਹੋ ਗਿਆ, ਦੁਨੀਆਂ ਡੁੱਬਦੀ ਡੁੱਬੇ ਮਰਦੀ, ਮਰੇ ਮਾੜੇ ਕੰਮ ਕਰਦੀ ਕਰੇ, ਸਾਨੂੰ ਵੀ ਰਹਿ। ਜਿੱਦਣ ਇਹ ਜੀਵਨ ਵਿੱਚ ਆ ਗਿਆ ਨਾ ਵੀ ਅਸੀਂ ਕੁਛ ਨਹੀਂ ਕਰਨਾ, ਜੇ ਕੋਈ ਮਾੜਾ ਕਰਦਾ ਆਪਣੇ ਕਰਮਾਂ ਭਰੂਗਾ, ਕੋਈ ਚੰਗਾ ਕਰਦਾ ਮੈਂ ਕਿਉਂ ਸੜਾਂ? ਵਾਹਿਗੁਰੂ ਨੂੰ ਹੋਰ ਮਤ ਬਖਸ਼ੇ, ਜੇ ਮੇਰੇ ਦੁਸ਼ਮਣ ਦਾ ਘਰ ਇੱਕ ਮੰਜ਼ਲੀ ਆ, ਅਰਦਾਸ ਕਰੋ ਰੱਬਾ ਦੋ ਮੰਜ਼ਲੀ ਹੋ ਜੇ। ਇਹ ਨਹੀਂ ਕਹਿਣਾ ਢਹਿ ਜੇ, ਇਹ ਨਾ ਕਹੇ ਉਹਦਾ ਕੱਖ ਨਾ ਰਵੇ, ਇਹ ਨਹੀਂ ਕਹਿਣਾ ਸਰਬੱਤ ਦਾ ਭਲਾ ਹੁੰਦਾ, ਸਰਬੱਤ ਦੇ ਭਲੇ ਦੀ ਅਰਦਾਸ ਰੋਜ਼ ਕਰਦੇ, ਕਿਹੜਾ ਕੋਨਸੈਪਟ ਹੈ ਮਨ ਜਿੱਤਣ ਦਾ? ਮਰਦ ਨੇ ਕਿੱਥੇ ਗਿਆ ਦੁਨੀਆਂ ਜਿੱਤ? ਸਤਿਗੁਰ ਕਹਿੰਦੇ ਭਾਈ ਜਿੱਦਣ ਹਿਰਦਾ ਜਿੱਤਿਆ ਗਿਆ ਦੁਨੀਆਂ ਤੇ ਜਿੱਤ ਪੱਕੀ ਹੈ, ਕਿਉਂਕਿ ਦੁਨੀਆਂ ਤੁਹਾਨੂੰ ਰਵਾ ਨਹੀਂ ਸਕਦੀ, ਜ਼ਮਾਨਾ ਤੁਹਾਨੂੰ ਰਵਾ ਨਹੀਂ ਸਕਦਾ। ਪਰ ਜੈ ਰਾਮ ਜੀ ਮਿੱਤਰਾਂ ਦੀਆਂ ਗੱਲਾਂ ਵਿੱਚ ਆ ਗਏ, ਨਾ ਚਾਹੁੰਦਿਆਂ ਆਏ, ਜਦਕਿ ਗੁਰੂ ਸਾਹਿਬ ਤੋਂ ਮਾਫੀਆਂ ਵੀ ਪਿਛਲੀ ਵਾਰ ਮੰਗੀਆਂ ਨੇ, ਚਰਨ ਵੀ ਫੜੇ, ਮਰਦ ਛੱਡ ਕੇ ਨਾ ਜਾਓ, ਪਰ ਗੱਲਾਂ ਐਸੀਆਂ ਨੇ ਹਿਰਦੇ ਵਿੱਚ ਜ਼ਹਿਰ ਘੋਲ ਦਿੰਦੀਆਂ ਨੇ। ਕੁਝ ਸਮਝਾਵਣ ਕੋ ਮਿਲਿਆ ਏ, ਕਰਹੁ ਆਪ ਜੈਸੀ ਮਨ ਭਾਈ। ਸਾਰੀਆਂ ਗੱਲਾਂ ਕਹਿ ਤੀਆਂ, ਆਪਣੇ ਮਨ ਉਹਨਾਂ ਹਲਕੇ ਕਰ ਲਏ, ਜਾਂਦੇ ਪਤਾ ਕੀ ਕਹਿਣ ਲੱਗੇ? ਕਹਿੰਦੇ ਅਸੀਂ ਤੇ ਤੈਨੂੰ ਸਮਝਾਉਣ ਆਈ ਹਾਂ, ਅੱਗੇ ਤੂੰ ਜਾਣ ਭਾਈ, ਤੇਰਾ ਰਿਸ਼ਤੇਦਾਰ ਜਾਣੇ, ਇਹ ਤੇਰੀ ਆਪਣੀ ਸਮਝ ਹੈ, ਤੂੰ ਕੀ ਕਰਨਾ? ਉਹ ਭਾਈ ਸਮਝਾਉਣ ਵਾਲੀ ਦੁਨੀਆਂ 'ਚ ਬੜੇ ਰਹਿੰਦੇ ਆ, ਰੋਂਦਿਆਂ ਨੂੰ ਰੁਮਾਲ ਦੇਣ ਵਾਲਾ ਕੋਈ ਨਹੀਂ, ਹੰਝੂ ਪੂੰਝਣ ਵਾਲਾ ਕੋਈ ਨਹੀਂ,
ਰੋਂਦਿਆਂ ਨੂੰ ਦੱਸਣ ਵਾਲੇ ਬੜੇ ਹੁੰਦੇ ਆ, ਬਈ ਤੇਰਾ ਮੂੰਹ ਇਹੋ ਜਿਹਾ ਲੱਗਦਾ, ਤੂੰ ਨਾ ਰੋਇਆ ਤਾਂ ਇਹ ਹੋ ਜਾਊਗਾ, ਫਲਾਣਾ ਹੋ ਜਾਊਗਾ। ਹੁਣ ਜੇ ਮਿੱਤਰ ਹੁੰਦੇ ਬਹਿ ਕੇ ਕੋਈ ਨਤੀਜਾ ਕੱਢਦੇ ਵੀ ਤੇਰਾ ਰਿਸ਼ਤੇਦਾਰ ਵੀ ਭਾਈ ਤੇਥੋਂ ਦੂਰ ਨਾ ਹੋਵੇ ਤੇ ਆਹ ਕੰਮ ਵੀ ਬੰਦ ਹੋ ਜੇ, ਚਲੋ ਜੇ ਮੰਨ ਲਓ ਦੁਨਿਆਵੀ ਤੌਰ 'ਤੇ ਚੰਗਾ ਸੋਚਦੇ ਆ, ਫਿਰ ਉਹ ਸਮਝਾਉਂਦੇ ਹਨ ਬੁਰੇ ਵਕਤ ਵਿੱਚ ਹਰ ਇਨਸਾਨ ਦਾ ਸਾਥ ਦਿਓ, ਉਹਨੂੰ ਉਸ ਵੇਲੇ ਮੱਤਾਂ ਨਾ ਦਿਓ, ਆਖੋ ਸਤਨਾਮ। ਜਿੱਦਣ ਉਹਦਾ ਬੁਰਾ ਵਕਤ ਟਲ ਜਾਏਗਾ, ਤੁਹਾਡੇ ਕੋਲ ਬੈਠੇਗਾ ਤੇ ਤੁਹਾਡੇ ਪੈਰ ਫੜੇਗਾ, ਫਿਰ ਜਿਹਦੇ ਮਤ ਜਿਹੜੇ ਸਮਝਾ ਦਿਓ, ਜਿਹੜਾ ਸਮਝਾਉਣਾ ਹੈ ਤੇ ਤੁਹਾਡੇ ਉਹ ਸਮਝਾਏ ਹੋਏ ਬੋਲ ਜ਼ਿੰਦਗੀ ਬਦਲ ਦੇਣਗੇ। ਪਰ ਬੁਰੇ ਵਕਤ ਵਿੱਚ ਕਿਸੇ ਨੂੰ ਦਿੱਤੀ ਹੋਈ ਅਕਲ ਤੁਹਾਡੀ ਇੱਜ਼ਤ ਨੂੰ ਜੀਰੋ ਕਰ ਦੇਵੇਗੀ, ਖਤਮ ਕਰ ਦੇਵੇਗੀ। ਜਦੋਂ ਉਹਨਾਂ ਲੋਕਾਂ ਨੇ ਗੱਲ ਕਹਿਤੀ ਵੀ ਤੁਹਾਡੀ ਮਰਜ਼ੀ ਹੈ ਜੀ, ਤੁਸੀਂ ਵੇਖਣਾ, ਇੱਕ ਪਾਸੇ ਨਵਾਬ ਸਾਹਿਬ ਨੇ ਕਿਉਂਕਿ ਸਰਕਾਰੀ ਰਾਸ਼ਨ ਹੈ, ਸਰਕਾਰੀ ਵਸਤੂਆਂ ਨੇ, ਗੁਰੂ ਨਾਨਕ ਸਾਹਿਬ ਮਹਾਰਾਜ ਤੇ ਵੰਡ ਰਹੇ ਨੇ, ਪਰ ਸਾਥੇ ਦੇਣਾ ਪੈਂਦਾ ਹੈ। ਇਹ ਚਿੰਤਾ ਤੁਹਾਡੀ ਹੈ, ਸਾਡੀ ਨਹੀਂ ਹੈ, ਅਸੀਂ ਹਮਦਰਦੀ ਕਰ ਸਕਦੇ ਹਾਂ। ਇੰਨੀਆਂ ਗੱਲਾਂ ਜਦੋਂ ਕਹਿਤੀਆਂ ਨਾ, ਜੈਰਾਮ ਜੀ ਦੀਆਂ ਅੱਖਾਂ 'ਚੋਂ ਹੰਝੂ ਆਉਣ ਲੱਗ ਗਏ, ਡਰ ਨਾਲ ਸਹਿਮ ਗਏ। 20 ਬੰਦਿਆਂ ਦੀ ਗੱਲ ਹੈ, ਗੱਲ 'ਤੇ ਤੁਹਾਨੂੰ ਕੋਈ ਇੱਕ ਬੰਦਾ ਆ ਕੇ ਦੱਸ ਦੇ ਵੀ ਤੇਰੇ ਬਾਰੇ ਫਲਾਣੇ ਨੇ ਇੱਦਾਂ ਕਿਹਾ, ਸਾਰੀ ਗੱਲ ਨਹੀਂ ਸੁਣ। ਜਦੋਂ 20 ਨੇ ਕਹਿਤੀ ਗੱਲ ਹੋ ਗਈ, ਕਿੱਡਾ ਵਜਨ ਹੋ ਗਿਆ, ਬਹੁਤ ਜ਼ਿਆਦਾ ਭਾਰ ਪੈ ਗਿਆ, ਲੋੜ ਪੈ ਗਿਆ ਮਨ 'ਤੇ। ਕਹਿੰਦੇ ਅੱਖਾਂ 'ਚੋਂ ਅੱਥਰੂ ਆਏ, ਸਭ ਸਾਥੀ ਹੌਸਲਾ ਦਿੰਦੇ ਆ, ਕਹਿੰਦੇ ਚਿੰਤਾ ਨਾ ਕਰੋ। ਦੱਸ ਜਮਾਨੇ ਦੀ ਚਿੰਤਾ ਗਲ ਪਾ ਕੇ ਦੁਨੀਆ ਕਹਿੰਦੀ ਚਿੰਤਾ ਨਾ ਕਰਿਆ ਕਰੋ, ਆਖੋ ਸਤਨਾਮ। ਸਾਡਾ ਸਾਰਿਆਂ ਦਾ ਕੰਮ ਹੀ ਕੋਈ ਕਿਸੇ ਦੇ ਭੋਗ 'ਤੇ ਜਾਊਗਾ, ਕਿਸੇ ਦੀ ਮਰਗ 'ਤੇ ਜਾਊਗਾ, ਸਾਰੀਆਂ ਗੱਲਾਂ ਕਰਕੇ ਲੋਕ ਪਤਾ ਬੜਾ ਚੰਗਾ ਸੀ, ਬਹੁਤ ਸਿਆਣਾ ਸੀ, ਭੱਜ ਭੱਜ ਕੰਮ ਕਰਦਾ ਸੀ, ਅਗਲੇ ਦੇ ਜ਼ਖਮ ਜਿਹੜੇ ਦੁਖੀ ਕੀਤਾ, ਜ਼ਖਮਾਂ 'ਤੇ ਨਮਕ ਪਾਇਆ, ਬਾਅਦ 'ਚੋਂ ਪਤਾ ਕੀ ਕਹਿਣਾ, ਉੱਠਣ ਲੱਗੇ ਪੱਲਾ ਝਾੜ ਕੇ, ਚਲੋ ਭਾਣਾ ਮੰਨੋ ਰੱਬ ਦੀ ਰਜਾ ਹੀ ਹੈ, ਘਰ ਪੀ ਕੀ ਸਕਦੇ ਹਾਂ। ਵੀ ਜੇ ਰੱਬ ਦੀ ਰਜਾ ਮੰਨੀ ਸੀ ਤੇ ਫਿਰ ਉਹਦੇ ਦੁੱਖਾਂ ਨੂੰ, ਉਹਦੇ ਜ਼ਖਮਾਂ ਨੂੰ ਚੇੜਿਆ ਕਿਉਂ, ਕਿਉਂ ਕਿਹਾ? ਉਹ ਬਹੁਤ ਚੰਗਾ ਹੈ, ਅਗਲਾ ਰੋ ਪੈਂਦਾ, ਉਹ ਚੰਗਿਆਈ ਚੇਤੇ ਕਰਨ ਲੱਗ ਪੈਂਦਾ। ਇਹ ਤੋਂ ਵੱਡੀ ਦੁਸ਼ਮਣੀ ਕੋਈ ਨਹੀਂ ਜੋ ਅਸੀਂ ਜ਼ਮਾਨੇ ਨਾਲ ਨਾ ਚਾਹੁੰਦਿਆਂ ਕੱਢਦੇ ਫਿਰਦੇ ਹਾਂ। ਉਸ ਵੇਲੇ ਕੀ ਹੈ, ਹੌਸਲਾ ਦਿਓ, ਸਮਝਦਾਰੀ ਸਿਖਾਓ। ਤੁਹਾਡਾ ਮਿੱਤਰ ਕੋਈ ਵਿਪਤਾ ਦੇ ਵਿੱਚ ਪਿਆ, ਉਹਨੂੰ ਜਾ ਕੇ ਮੱਤ ਦੇਣ ਲੱਗ ਜਾਓ ਵੀ ਦੇਖ ਪਹਿਲਾਂ ਤੇਰਾ ਕੰਮ ਕਿੰਨਾ ਸੋਹਣਾ ਸੀ, ਦੇਖ ਤੂੰ ਆਹ ਗੱਲਾਂ ਕਰਕੇ ਘਾਟਾ ਖਾ ਲਿਆ, ਤੂੰ ਇੱਥੇ ਫਸ ਗਿਆ। ਉਹ ਕਹਿੰਦਾ ਭਰਾਵਾ ਮੈਂ ਤੇ ਪਹਿਲਾਂ ਹੀ ਮਰਿਆ ਪਿਆ, ਮੈਨੂੰ ਕੋਈ ਅਕਲ ਦੇ, ਮੇਰੇ ਨਾਲ ਖੜ ਨਹੀਂ ਕਰਨਗੀ, ਮੈਨੂੰ ਮੱਤਾਂ ਨਾ ਦੇ, ਮੈਂ ਕਿੱਥੇ ਕਿੱਥੇ ਘਾਟੇ ਖਾਧੇ ਆ ਤੇ ਹੁਣ ਮੈਂ ਕਿੱਥੇ ਡੁੱਬਣਾ, ਜੇ ਕੁਝ ਕਰ ਸਕਦਾ ਤੇ ਹੱਥ ਫੜ ਮੇਰਾ। ਜੈਰਾਮ ਜੀ ਮੱਤ ਦੇ ਕੇ ਉੱਠ ਪਏ, ਸਮਝਾ ਕੇ ਉੱਠ ਪਏ, ਕਹਿੰਦੇ ਇਹ ਹੁਣ ਤੁਸੀਂ ਵੇਖ ਲਿਓ ਵੀ ਜੈਰਾਮ ਜੀ ਉਹ ਨਵਾਬ ਦੌਲਤ ਖਾਨ ਨਾਲ ਕੀ ਗੱਲਬਾਤ ਕਰਨੀ ਹੈ, ਉਹ ਸਰਕਾਰ ਹੈ, ਹਕੂਮਤ ਹੈ, ਉਹਨੇ ਹਿਸਾਬ ਕਿਤਾਬ ਇੱਕ ਨਾ ਇੱਕ ਦਿਨ ਕਰਨਾ ਹੀ ਕਰਨਾ ਏ। ਪਾਵਸ ਸਮ ਪਿਛਨਨ ਕੀ ਬਾਣੀ, ਚਿੰਤ ਆਪਗਾ ਕੀ ਨ ਮਹਾਨੀ। ਮਿੱਤਰ ਸੀ ਚੁਗਲਖੋਰ, ਜ਼ਰੂਰੀ ਥੋੜ੍ਹਾ ਸਾਰੇ ਮਿੱਤਰ ਹੀ ਸਾਡੇ ਸਾਡੇ ਵਰਗੇ ਹੋਣਗੇ। ਸਾਡਾ ਭੁਲੇਖਾ ਹੁੰਦਾ ਹੈ ਵੀ ਜੇ ਮੈਂ ਸਭ ਨਾਲ ਚੰਗਾ ਕਰਦਾ ਤਾਂ ਮੇਰੇ ਮਿੱਤਰ ਵੀ ਮੇਰਾ ਚੰਗਾ ਸੋਚਦੇ ਨੇ। ਬਾਣੀ ਨੂੰ ਪੁੱਛ ਲਓ, ਗੁਰੂ ਤੇਗ ਬਹਾਦਰ ਸਾਹਿਬ ਨੂੰ ਪੁੱਛੋ, ਮਰਦ ਕੌਣ ਹੈ ਸਾਡਾ? ਮਰਦ ਕਹਿੰਦੇ ਇਹ ਜਗ ਮੀਤ ਨਾ ਦੇਖਿਓ ਕੋਈ, ਸਗਲ ਜਗਤ ਆਪਣੇ ਸੁੱਖ ਲਾਗਿਓ, ਦੁੱਖ ਮੈਂ ਸੰਗ ਨਾ। ਦੁੱਖਾਂ 'ਚ ਕੌਣ ਹੈ ਤੁਹਾਡਾ? ਕੋਈ ਵੀ ਦੁੱਖ 'ਚ ਇਕੱਲੇ ਹੀ ਚੱਲਣਾ ਪੈਣਾ, ਰੋਣਾ ਇਕੱਲੇ ਪੈਣਾ, ਬਿਪਤਾ ਇਕੱਲਿਆਂ ਨੂੰ ਝੱਲਣੀ ਪੈਣੀ ਹੈ। ਫਿਰ ਕੀ ਕਰਨੇ ਹੋਏ ਯਾਰ ਦੋਸਤ ਮਿੱਤਰ ਜਿਹੜੇ ਦੁੱਖਾਂ 'ਚ ਹੀ ਕੰਮ ਲਾਏ, ਵਕਤ 'ਚ ਨਾ ਆਏ, ਸੁੱਖਾਂ 'ਚ ਤੇ ਸਾਰੇ ਅੱਗੇ ਰਹਿ ਜਾਂਦੇ ਆ। ਜੈਰਾਮ ਜੀ ਨੂੰ ਇਕੱਲਿਆਂ ਛੱਡਦਾ ਉਹਨਾਂ ਚੁਗਲਾਂ ਨੇ, ਕਹਿ ਕੇ ਗੱਲਬਾਤ, ਝਾੜ ਕੇ ਪੱਲਾ, ਦੇ ਕੇ ਚਿੰਤਾ। ਕਹਿੰਦੇ ਧਿਆਨ ਰੱਖਿਓ ਆਪਣਾ, ਸੋਚ ਲਿਓ, ਵਿਚਾਰ ਲਿਓ, ਤੁਸੀਂ ਕੀ ਕਰਨਾ ਹੈ, ਮੋਦੀ ਖਾਨੇ ਦਾ ਸਾਰਾ ਹਿਸਾਬ ਕਿਤਾਬ ਤੁਹਾਨੂੰ ਦੇਣਾ ਪੈਣਾ। ਇਹ ਗੱਲ ਸੁਣੀ ਸੁਣਾਈ ਨਹੀਂ, ਇਹ ਗੱਲ ਹਕੀਕਤ ਵਿੱਚ ਹੋਣੀ ਹੈ। ਮਤਲਬ ਪਹਿਲਾਂ ਦੱਸ ਆਏ ਆਪਣੇ ਮਿੱਤਰ ਨੂੰ ਵੀ ਤੇਰੇ ਨਾਲ ਬਹੁਤ ਬੁਰਾ ਹੋਣਾ ਹੈ, ਤੂੰ ਆਪੇ ਸਮਝੀ ਜਾਈ ਕਰਨਾ ਕਿ ਅਸੀਂ ਚੱਲੇ ਹਾਂ। ਜੈਰਾਮ ਜੀ ਇੰਨੀ ਚਿੰਤਾ ਵਿੱਚ ਆ ਗਏ, ਉਹ ਜਾਂਦਿਆਂ ਨੂੰ ਇਹ ਵੀ ਤਾਂ ਕਹਿ ਸਕੇ ਵੀ ਬਹਿ ਜਾਓ, ਕੁਝ ਛੱਡ ਜਾਇਓ, ਕਿਉਂਕਿ ਮਨ ਟੁੱਟ ਗਿਆ, ਦਿਮਾਗ 'ਤੇ ਪ੍ਰੈਸ਼ਰ ਪੈ ਗਿਆ, ਦੁਖੀ ਹੋ ਗਏ, ਇਕੱਲੇ ਬਹਿ ਕੇ ਰੋਣ ਲੱਗੇ ਨੇ। ਕਮਲ ਕੋਮਲ ਮਨ ਜੈਰਾਮ ਉਖਰਿਓ ਧੀਰਜ ਮੂਲ ਅਥਮ। ਜੈਰਾਮ ਜੀ ਦਾ ਮਨ ਕਹਿੰਦੇ ਕੋਮਲ ਫੁੱਲ ਵਰਗਾ ਸੀ, ਹੁਣ ਫੁੱਲ ਹੋਵੇ ਗੁਲਾਬ ਦਾ, ਜੁੱਤੀ ਥੱਲੇ ਫੇਰ ਦਿਓ ਕੀ ਬਣੂਗਾ, ਨਾ ਖੁਸ਼ਬੂ ਰਹਿਣੀ, ਨਾ ਉਹਦੀ ਖਰਾਬਟ ਰਹਿਣੀ। ਕਹਿੰਦੇ ਜੈ ਰਾਮ ਜੀ ਦਾ ਮਨ ਚੁਗਲ ਖੋਰਾਂ ਨੇ,
पास इतना बड़ा के रखता वो इन्ने दुखी परेशान ने सोची जाते समझ ही नहीं आता मैं की करा। कई बार ना बंदे की मत से अकल भी उदो काम नहीं करती जो टेंशन बहुत हो जाए दिमाग से लोड़ बहुत ज्यादा पै जाए गल्लां बुरियां अगे अगे नैगेटिव आने लग जाए बंदा बेबस हो जाता जिहड़ी गल सोचता है सोचता ही भुल जाता कदे वह ख्याल आ गया कदे वह ख्याल आ गया कहिंदे ख्यालां दे वेग च बहन लग पए। गुरु नानक साहब सच्चे पातशाह जिन्हां प्रति श्रद्धा रखते कहिंदे श्रद्धा खंभ ला के उड़ गई की आया है क्योंकि 20-22 बंदे यही गल कह के गए ने समझा रहे हो वक्त लंघ चुकी है तेरे हाथ च भजन वाला है अज भजया जा कल भजया उहने इत्थे वसना नहीं जतन तीर किट पाजित चिंता दे परवाह दी नदी विच बह गए ने जय राम जी किते हौसला नहीं मिलता किते बह जांदे ने उठ पैंदे ने फिर सोचण लग पैंदे फिर कहिंदे मन छड्ड सोचना जो होवे की फिर मन चिंता करदा कहिंदे हौसला चले गया हौसला ही ते सारा कुछ होंदा जदों बंदे दा हौसला ढट जे ओह वड्डे वड्डे मल वी अखाड़िया च टह जांदे ने जे शेर अपने हौसले छड्ड जाण फिर बाघ ते आम जानवर भी कई बार उन्होंने शिकार कर लग पे हौसले बटे हौसला टालिया कट्ठे होके बह गए ये सोचते मोदी खाना बंद किवें कराया जाए अख सतनाम लोगों की आवाज है चुगलों की गल सी चुगल अपना काम करके आप तो सीधा आ नहीं सकते चुगलखोर की एक खाबी है वह किसी मूँह ते जाके बुरा नहीं कह सकता है ही नहीं जुड़ते उन्हें जद भी कहना है हथियार पिट पिछों चलो बुरा कहना है मुँह ते जाएगा हाथ जोड़ेगा सिफत करूगा ये चुगलखोर की पक्की निशानी है। तो जो कहते गल्लां कह के उठ के चले गए जय राम जी अज घर ना आए भावे 5 बजे अगे वह घर आ जाते अज ना पहुंचे सोचते मैं की करा किहड़े पासे जावा जे गुरु नानक साहब जी नूं मैं कुछ कहता उन्हां दे भैण जी भाव इन्हां दे पत्नी इस रिश्ते च भी दरार आ जाए फर्क पै जाए कि भैन है जो अपने भरा की बुराई सुन सकती जो अपने मापिया की बुराई सुनती होगी औरत है। जय राम सोचते मैं योजी मुसीबत पै गया है इस चिंता के बैन वह चुके हाँ मैनू कोई किनारा मिलता नहीं बस कह गमने अपन न कीता उठे जा मूर्ख दुष्ट अचेता कभी शब्द वरतते ने कहते मूर्ख निंदक चुगलखोर अपनी कारवाई पाके अपने अपने घर चले गए एक घर वाले जय राम दिल के घर तो बाहर करता सतनाम जिथे बैठे ने बेबस होए बैठे समझ नहीं आता जी करदा मर जावा भी जे मेरी इज्जत मिट्टी विच मिल गई समाज मेनू थू थू करेगा साडा तो इन्हां लोकां च बनिया सी रुतबा इन्नी लिहाजदारी बनी सी लोग कहणगे जय राम जी मोदी खाना खा गए सारा कुछ ही लुटाता नवाब ने कौडी कौडी का हिसाब लेना है मैथों दिता जाना नहीं बहसे सदन नीव कर ग्रीवा मनहो बनियो चिंता की सीवा ढलकदे ढलकदे घरे आ गए जो हौसला टुटिया होंदा ना फिर बंदे तो सीधा भी तुरिया कुछ नहीं चंगा लगता घरे आए चज ना रोटी भी ना खाती कोशिश करते ने मेरी चिंता दिसे ना किसे मैं अंदरों किन्ना दुखी हाँ ये पता ना लगे कहते एक दिन इतना कढ़ता दूजा दिन बतीत हो गया हूँ चिंता में रहने वाला इंसान महफलों में बैठा भी कला ही होता है भावे वो आले दुआले हजार बंदे बैठे हो हाजिर थोड़ी आते वो पता नहीं कितने कितने जा लंज करता है। जयराम जी घर तो आए हुए आ समय नाल पानी नहीं पीते खाना नहीं खाते पर कोशिश करते मैं अपनिया अंदर दिया बिरतियां दब के रखा पता ना लगे क्योंकि कोई भी गल है उस गल नूं वक्त दिओ वक्त दे नाल उह गल दा माहौल बदल जाता है। टेंशन च बैठे हो तुहानूं लगता मेरा नुकसान हो जूगा रिलैक्स फील करना शुरू करो सोचना छड्ड दिओ उस गल बारे जे चलो सोच आउंदी भी तां भी वेखो भी कोई नहीं वाहिगुरू जो करो चंगा ही करो मन नूं तसल्ली दिओ कहते वक्त लंघता है 2 दिन लंघे 4 दिन लंघे उस गल का इफेक्ट घटना शुरू हो जाता है उसका प्रभाव घट जाता है फिर कितना कितने कोई किनारा मिल जाता है
जयराम जी कोई फैसला नहीं ले रहे, चुप बैठे ने। उन्होंने घरे आके भी ना दसे अगे ते अपनी धर्म पत्नी नूं सारी गल दस रहे सी, हुण की दसी, चुप ने, पर परिवार वेख रहे हैं, चुप चुप रहिंदे आ, अंदरों दुखी ने, कोई तां गल जरूर होणी। निस दिन बीते गिणत्यो गिणते करे दीन है प्रभ सो बिनती, अंदरों अंदर बेनतियां करदे ने गुरु नानक साहब सच्चे पातशाह मेरी पत रख लो मर्द किरपा कर दियो, सामने नहीं बोलते क्योंकि माड़ी मोटी शरदा सी, बाकी दी उड़ गई है सारी, हुण शरदा कद लई रह गई कि मेरी इज्जत बचा लो बस। चुप रहिंदे आ, कई दिन गुजर गए, कई रातां बतीत हो गईआं, रातां नूं सौणा नहीं, नींदां उड़ गईआं ने, दिने वी चैन रहिंदे आ, बहुत फिक्रमंद ने, पर कदे मूंह बोल के ना गया। गुरु नानक साहिब अज घरे आउंदे जाणदे सारा कुछ ने, चले जांदे ने, सतगुरु कहिंदे कोई नहीं भाई की कहना है, जो होएगा रजा च होएगा, क्योंकि सतगुरु सब कुछ जाणदे आ, पर उह आपणे अन्नां दे च रहिंदे ने। हुण जयराम जी चिंता दे वेग दे विच काम ते घट जाते हैं, घरे सीधा नहीं किसी ना बोलते, चुप चुप रहन लग पे। उन्होंने पत्नी नानकी जी सोचते हैं इन्होंने होया कि उन्होंने कई बार पूछे जब भी पूछते ने गलों टाल जाते अंतर मन तबो देखे वहर न किस टिग पख है पिता। पिता परमानंद ने भी पुछया पुत की हो गया दुखी दुखी रहना है, चुप चुप रहना, कहते ना पिता इसी ते गल ही कोई, मतलब उन्होंने अपनी चिंता जग जाहर नहीं की, अपना दुख दसिया नहीं, हसया नहीं गल है। अज तुसी किसी मित्र नूं दोस्त नूं अपना दुख दसोगे ना, क्योंकि तुहाडा मित्र भी अगे किसी का खास मित्र है। जिंदगी च गल पले बन के रखियो, जो मेरा खास है ना उहदा भी कोई खास होएगा, वह भी किसी का खास होएगा, तो फिर गल्लां ट्रैवल कर जांदियां ने। उन्होंने गल ना की भी जे मैं अज कोई गल की गल घूम फिर के परिवार च आ जानी है, अगे चली जाऊगी तो वो लग मुसीबत आ जानी है, आज जी मुसीबत बनी है बनी है, तो जो लोग मित्र रिश्तेदार मुसीबत बन जाएगी उन्होंने कितना चलूंगा कितना हैंडल करूँ, गल ना दसी, क्योंकि तुसी किसी नूं अपना दुख दसोंगे। अज अगला हमदर्दी करके सुन रहा है, चार दिन बाद गल चस के लै लैके कर रहा है, ये की कर सकता ये को है, ये तो आप हम फिर नहीं कड़ा इज्जत है किसी पास, मुँह तो लोग हाँ जी हाँ जी करते, पिट पिछू बदखू ही करते। जयराम जी ने इस करके वक्त संभालिया क्योंकि अगे बोल बैठे से बड़ा कुछ सुनने मिले, तो गुरु साहब भी नाराज हो गए से, चुप रहे दसिया ही ना, कहते 12 दिन बतीत हो गए, 12 दिन कटने अपने आप च बड़ा औखा काम सी। जब नानकी दशा बिलोकी हर खहीन पत की मत शौकी। सतगुरां दे भैण नानकी जी बार बार एक गल सोचते आ, रोज पुछना चाहते आ, पर चुप रहिंदे आ। कुछ दिन बाद उन्होंने पुछया पति देव जीओ ऐसा की है तुहाडे चेहरे दीआं खुशियां नजर नहीं आउंदीआं, हसदे हसदे आउंदे सी हसदे हसदे जांदे सी, चुप चुप रहिण लग गए। उन्हें फिर टालता क्योंकि उन्होंने पता है भी जे मैं गुरु नानक साहब जी के बारे कुछ कहता बेशक ये पत्नी है पर भरा बारे नहीं जरिया जाना, बहुत दुखी होणगे अगे, तो चलो उधरों मैं दुखी हाँ जो मैंने लोग कह के गए, एक मुसीबत घर बन जानी इधर फिर लड़ाई हो जाऊगी, गल्लां हो जाणगीआं वड्डीआं वड्डीआं, हुण बाहर लोकां नूं संभालीए जां घरे आप लोकां नूं अपने नूं संभालीए। उन्होंने टाल दिता, पर सतगुरां दे भैण जी जाणदे सी वी गल जरूर कोई है, किसे गल दा भार दिल दिमाग ते जरूर है। जिदै गुण है को भयो कुकाजू चिंता मन है बैठियो आजू। रोज यही गल पुछदे आ की कोई घाटा पै गया जी, कोई नुकसान हो गया, जब किसी ने कोई चंगी माड़ी कह दी है सू दस दे दियो, बेशक असी कुछ नहीं कर सकते नाल खड़ते सकते। जयराम जी हस के टाल देंदे कहते कुछ नहीं होया कोई गल बात नहीं, पर सतगुरां दे भैण नानकी जी उस गल नूं जानना चाहुंदे आ वी ओह गल कीड़ी है जिन्हें साडे घर दीआं खुशियां नूं अग ला दित्ती है, क्योंकि हुण जदों पुत नहीं बोलता पिता वी उदास है। जयराम दे माता जी भाव नानकी जी की सस मां वह भी परेशान है, सारे घर का ताना बड़ा ही बिगड़ चुके हैं क्योंकि
की कोई बहुत वड्डी गल है जो खुल के दस दे रही तुलसा दासी प्रेम जनाया सुना बदो मैं ज्यों लिख पाया। एक दिन सतगुरां दे भैण नानकी जी बैठे चिंता कर रहे ने भी ऐसी केड़ी गल है जो साढ़े परिवार नूं घुण वांग खा रही है। और दुखी बैठे सी तुलसा दासी कोल आ गई उन्होंने तुलसा को गल कर ली कहती भैने समझ नहीं आता थोड़े इस परिवार को कीड़ी नज़र लग गई हसते खेलते हूँ तुलसा दासी आंढ गुआढ़ में जाती रही क्योंकि जिनी खबर काम वाली होती है जिन्ना न्यूज़ नेशन इन्हों का होंगे ना रब ही बचाए सब का पता होंगे कि कौन लड़ता है कि कौन आया कौन की खाता है क्योंकि इन्हों का जो अपना इंटरनेट सर्विस वैब हों बड़ा फास्ट होंगे हूँ तुलसा दासी अगर दासियां को उठती रही हूँ सारिया के घर समय दसियां होती नौकरानी कह लो केद जानती पर चुप सी भी मैं क्यों दसा जो अगले पुछते ही नहीं है एवं दस के गल पा चुप सी पर तो दुख भी नहीं जरिया जाता अंदरों अंदर भी इन्हों जे गल मैं दसती सारी गल मेरे सिर आके मैं जानी ये तो सुभाविक गल है कलयुग का समय जिस बंदे ने बुरा किया तो बुरा नहीं करोगे जिन्हें तुम्हें किसी की बुराई दसती ना कि तुम वो मगर पै जाना ये होंगे लोगों सब ना होंगे तुम जाके दस दौ भी थोड़ा मुंडा इदा करता जी थोड़ा फलाना रिश्तेदार इदा करता है तुम उस वेले तो बंदे ना ठीक हो जो तो उस बंद जाके पूछ लो कि तू मेरे बारे इदा क्यों कहना नहीं तेनों किने कहा है फिर दसण वाला गुनाहगार हो गया गुनाह करने वाला मित्र हो गया इनू कहते कलयुग की उल्टी चाल इनू कलयुग कहते हैं तुम किसी का भला करोगे वो तुम्हें उजाड़न तक जाएगा तुम किसी की बर्बादी करोगे तो बंदा झुक झुक सलाम करता लोग डरते पानी भरते हैं जिन्हें माड़े बन के चलोगे लोग सत्कार करते फिर जिन्ना के भला करोगे लोग तो माड़े दसी जाएंगे हूँ तुलसा दासी हमदर्दी हुई उन्हें उस वे गल की देखो सत्त अठ दिन दो भी चुप है उन्होंने पता सी भी जो इन्हों के पति नहीं दसते मैं दसता कलेश तो मेरे गल पै जाए सारा भी जो उन्होंने दसिया नहीं भी चलो घर गल ना हो दसना नहीं जो सतगुरां के भैन नानकी जी ने मेहनत तरला किया भी मैंने माड़ी मोटी गल तो दस दौ फिर तुलसा ने गल दसी कुछ दिन पहला कुछ बंदे आए इन्हू कि पता है क्योंकि जिन्हां दे घर वाले आए चुगली करन उन्हां दी घरवालियां तो गल्लां भजदियां कदे हो सकदा भी बीबियां रोटी खा के हजम कर लैन ते गल हजम हो जाए मैं तां नहीं मानदा भी हो जाऊगा खुद सतनाम क्योंकि धर्म भी कहिंदा है समाज भी कहिंदा है राजनीति भी कहिंदी है पर जिन्हां ते गुरु की बख्शिश हो जाए सतगुरु की कृपा हो जाए कोई उत्ते झोलियां च टुकड़े भी बच्चों के पवा के सबर कर लेंदियां ने वो अलग गल है कहते उन्हें बीबिया ने आप ही दसता तुलसा दासी ने सुन लिया क्योंकि काम वाली हर थान की नॉलेज होती जिसे मर्जी बारे पूछ लो तुलसा ने दसता भी आह गल है कहते तेनों कितों पता लगी है कहते जी जिन्हों के घर चो ये बूटे पैदा हुए चुगली के उतों पता लगी है भी सारे लोग इकट्ठे होकर थोड़े पति को मिले आ उन्होंने कुछ गल् कही क्योंकि वो जो गल्लां उन्हां कीतियां घरे जा के कीतियां दसियां ने भी आह गल हुंदी है ते वो बीबियां तो गल्लां बाहर आ गईयां परदे परदे रखदे फिरदे सी रौला पै गया तुलसा दासी ने जदों आके दसिया ना सतगुरां दे भैण नानकी जी अखां च हंझू लै आए मन भर गया मना ये की हो गया जे ये गल मेरे वीर नूं पता लग गई उन्हें एक पल भी इस घर च नहीं रहना खो सतनाम भैण इस गल का खौफ है इस गल का दुख सता एक दिवस मिल मुन पलेरे मैं अवलोक आवत डेरे तुलसा दासी कहती जब मैं तुहाडे डेरे आउंदी सी मैं उन्हां लोकां नूं वेख भी लिया सी पर मैं नहीं सी सुनिया भी गल की हुई है देखिया जरूर है कुछ बंदे आउंदे मिलदे इन्हां नूं फिर वो गल का पता मेरे घर चल आ गया क्योंकि हुण ते सारा ही सुल्तानपुर लोधी कहिंदा सी भी मोदी पर जलवाल है नेतक पाल हो गए ना बुरा दौर सी वो आ गया पर गुरु नानक साहब सच्चे पातशाह नूं फर्क है जी कोई कोई फर्क नहीं उन्हां नूं ते उस दिन भी फर्क नहीं पिया जदों लोग कहिंदे सी भूत ना इह लोकी कहिंदे सी बेसुरा इह मणियां च तुरिया फिरदा रहिंदा सभा वाल कि नूं अकल कोई नहीं घरों कढ़े है मर जदों भी हसदे सी हथ जोड़ दिंदे सी कहिंदे धन्नवाद शुक्र तेरा
तू मैनू इन्नी कसोजी कराई भी मैं भूतना हाँ मैं बेताला हाँ मतलब मैनू रब चेते नहीं आख सकना धन्यवाद शुक्रिया तेरा निंदिया करन वालिया तू मैनू रब चेते कराया तू मैनू एक हलूना दिता भी मैं रब तो दूर होया बैठा तेनू याद भी नहीं करता महाराज तां मुस्कराउंदे सतगुरां दे भैण जी चिंता दे विच सोचदे आ भी इस गल दा सल्यूशन चाहीदा कोई हल कढ़िया जावे ਇਹ ਗੱਲ ਗੁਰੂ ਨਾਨਕ ਸਾਹਿਬ ਕੋਲ ਨਾ ਜਾਵੇ ਹੈ ਤੇ ਅੰਤਰਗਾਮੀ ਨੇ ਬਾਚਾ ਪਰ ਫਿਰ ਵੀ ਸੁਣੀ ਸੁਣਾਈ ਕਹੀ ਗੱਲ ਦਾ ਬੜਾ ਪ੍ਰਭਾਵ ਹੁੰਦਾ ਏ ਤਾਂ ਦਿਨ ਤੇ ਇਹ ਚਿੰਤਾ ਮਨ ਕੋ ਜਾਣੇ ਮੈਨੂੰ ਇਸ ਗੱਲ ਦਾ ਨੀ ਪਤਾ ਵੀ ਗੱਲ ਹੋਈ ਕੀ ਹੈ ਚਿੰਤਾ ਕਿਸ ਗੱਲ ਦੀ ਹੈ ਪਰ ਚਿੰਤਾ ਪਾਉਣ ਵਾਲਿਆਂ ਬਾਰੇ ਤੇ ਮੈਨੂੰ ਪਤਾ ਹੈ ਵੀ ਜਿਸ ਦਿਨ ਦੇ ਉਹ ਬੰਦੇ ਮਿਲੇ ਇਹਨਾਂ ਦੇ ਮਿੱਤਰ ਮਿਲੇ ਆ ਨਾ ਵੀ ਉੱਧਰ ਦੇ ਗੁੰਮ ਸੌਂਦੇ ਹੁਣ ਘਰ ਕੌਣ ਖਰਾਬ ਕਰ ਰਿਹਾ ਮਿੱਤਰ ਜਿਹਨਾਂ ਨੂੰ ਮਿੱਤਰ ਮੰਨਦੇ ਸੀ ਜੇ ਉਹ ਮਿੱਤਰ ਐਕਚੁਅਲ ਵਿੱਚ ਸੱਚੇ ਹੁੰਦੇ ਨਾ ਆਪਣੇ ਉਹਨਾਂ ਨੇ ਇਸ ਮੁਸੀਬਤ ਵਿੱਚੋਂ ਕੱਢ ਕੇ ਜਾਣਾ ਸੀ ਮੁਸੀਬਤ ਵਿੱਚ ਧੱਕ ਕੇ ਧਕੇਲ ਕੇ ਨਹੀਂ ਸੀ ਜਾਣਾ ਜੈਰਾਮ ਚੋਂ ਪਸੰਦ ਹੁਣ ਉਹਨਾਂ ਦੇ ਪਤਨੀ ਸੋਚਦੇ ਆ ਵੀ ਜੇ ਮੈਂ ਗੱਲ ਕੀਤੀ ਮੈਨੂੰ ਪੁੱਛਣਗੇ ਤੈਨੂੰ ਦੱਸਿਆ ਕੀ ਨਹੀਂ ਅਤੇ ਫਿਰ ਮੇਰੇ ਮੂੰਹੋਂ ਨਿਕਲ ਜਾਣਾ ਮੈਨੂੰ ਤੁਲਸਾਂ ਨੇ ਦੱਸਿਆ ਫਿਰ ਤੁਲਸਾਂ ਨਾਲ ਲੜਨਗੇ ਤੈਨੂੰ ਕੀ ਨਹੀਂ ਦੱਸਿਆ ਵੱਧ ਗਿਆ ਨਾ ਪ੍ਰਵੇਸ਼ ਪੈ ਗਿਆ ਨਾ ਰਵਾ ਇਸ ਕਰਕੇ ਗੱਲ ਜਾਣ ਕੇ ਵੀ ਉਹ ਅਣਜਾਣ ਬਣ ਕੇ ਰਹਿੰਦੇ ਪਰ ਕੋਸ਼ਿਸ਼ ਕਰਦੇ ਨੇ ਇਸ ਚੀਜ਼ ਦਾ ਸਿੱਟਾ ਕੱਢਿਆ ਜਾਵੇ ਸੁਣਤ ਨਾਨਕੀ ਸਮਤ ਸਜੂਤੀ ਲੱਖ ਲੀਨੀ ਕੀਨੀ ਕਿਨ ਦੂਤੀ ਪਾਤੀ ਜੀ ਹੁੰਦਾ ਹੈ ਸਤਿਗੁਰਾਂ ਦੇ ਭੈਣ ਨਾਨਕੀ ਜੀ ਸ੍ਰੇਸ਼ਟ ਮਤ ਵਾਲੇ ਸਨ ਬੜੇ ਵੱਡੇ ਹੌਸਲੇ ਵਾਲੇ ਸੀ ਸੁਣ ਕੇ ਉਹਨਾਂ ਨੇ ਕਿਹਾ ਕਹਿੰਦੇ ਤੁਲਸਾਂ ਗੱਲ ਪਤਾ ਕੀ ਹੈ ਜੇ ਉਹ 15-20 ਬੰਦੇ ਆਏ 20-22 ਆਏ ਨੇ ਨਾ ਉਹਨਾਂ ਨੇ ਪੱਕਾ ਮੇਰੇ ਵੀਰ ਦੀਆਂ ਚੁਗਲੀਆਂ ਕੀਤੀਆਂ ਆਖੋ ਸਤਨਾਮ ਗੱਲ ਪਕੜ ਲਈ ਨਾ ਹੁਣ ਘਰ ਘਰ ਥੋੜਾ ਲੜਨ ਚੱਲੇ ਆ ਵੀ ਤੂੰ ਮੇਰੇ ਭਰਾ ਵਾਲ ਇੱਦਾਂ ਦੇ ਹੋ ਗਏ ਹਾਂ ਕਿਹਦੇ ਕਿਹਦੇ ਨਾਲ ਲੜੋਗੇ ਕਿਹਨੂੰ ਕਿਹਨੂੰ ਸਫਾਈ ਦਵੋਗੇ ਚੁੱਪ ਰਹੋ ਕਿਸੇ ਨੂੰ ਆਪਣੇ ਬਾਰੇ ਨਾ ਦੱਸੋ ਤੁਸੀਂ ਕੀ ਖਾਧਾ ਕੀ ਪਹਿਨੇ ਆ ਤੁਹਾਡੇ ਕੋਲ ਕੀ ਹੈ ਆ ਜੋ ਕੁਝ ਵੀ ਸਮਾਜ ਬੋਲਦਾ ਹੈ ਕਦੇ ਨਾ ਕਦੇ ਸਾਡੀ ਜ਼ੁਬਾਨੋਂ ਨਿਕਲਿਆ ਹੁੰਦਾ ਆਖੋ ਸਤਨਾਮ ਕਿਸੇ ਨੂੰ ਮਿੱਤਰ ਬਣਾ ਕੇ ਦੱਸਿਆ ਯਾਰ ਮੈਂ ਉੱਥੇ ਐਂ ਕੀਤਾ ਸੀ ਹੁਣ ਵਕਤ ਆ ਗਿਆ ਛੱਜ ਚ ਬਾਕੀ ਉਹ ਛੱਡਦਾ ਫਿਰਦਾ ਵੀ ਤੂੰ ਐਦਾਂ ਦਾ ਸੀ ਕਿਸੇ ਨੂੰ ਦੱਸਿਆ ਮੈਂ ਫਲਾਣਾ ਠੱਗੀ ਮਾਰੀ ਮੈਂ ਝੂਠ ਬੋਲਿਆ ਮੈਂ ਚਲਾਕੀ ਕੀਤੀ ਉਹ ਆਪਣੀਆਂ ਹੀ ਗੱਲਾਂ ਸੀ ਆਪਣੇ ਮੂੰਹੋਂ ਕੱਢੀਆਂ ਹੋਈਆਂ ਜਮਾਨਾ ਨੂੰ ਚਿੱਪ ਚ ਪਾਈ ਫਿਰਦਾ ਸੀ ਵਕਤ ਆਏ ਵਾਇਰਲ ਕਰ ਗਿਆ ਰੌਲਾ ਪਾ ਗਿਆ ਹੁਣ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਥਾਏ ਜਦੋਂ ਗੱਲਾਂ ਹੋਈਆਂ ਭੈਣ ਨਾਨਕੀ ਉੱਠ ਕੇ ਆਏ ਕਹਿੰਦੇ ਤੁਲਸਾਂ ਗੱਲ ਨਾ ਕਰੀ ਚਿੰਤਾ ਨਾ ਕਰ ਉਹ ਕਹਿੰਦੇ ਤੁਸੀਂ ਹੌਸਲਾ ਰੱਖਿਓ ਕਹਿੰਦੇ ਮੈਨੂੰ ਕਾਹਦੀ ਚਿੰਤਾ ਮੇਰਾ ਵੀਰ ਮੇਰਾ ਭਰਾ ਨਿਰੰਕਾਰ ਪਰਮਾਤਮਾ ਆਖੋ ਸਤਨਾਮ ਉਹਦੇ ਹੁੰਦੇ ਹੋ ਮੈਂ ਕਿਉਂ ਚਿੰਤਾ ਕਰਾਂ ਮੈਨੂੰ ਕੋਈ ਫਿਕਰ ਨਹੀਂ ਨਿਕਟ ਬੈਠ ਪਤ ਕੋ ਸਮਝਾਇਆ ਕਿਉਂ ਉਹ ਭਰਮੇ ਤੁਮ ਸੁਖਦਾਇਆ ਆਪਣੇ ਪਤੀ ਕੋਲ ਚੱਲ ਕੇ ਆਏ ਨੀ ਉਹਨਾਂ ਦੀ ਗੱਲ ਕਰਨ ਦਾ ਤਰੀਕਾ ਵੇਖੋ ਕਿੰਨਾ ਸੋਹਣਾ ਠਾ ਸੋਟਾ ਥੋੜਾ ਮਾਰਿਆ ਵੀ ਹਾਂ ਲੋਕਾਂ ਦੀਆਂ ਗੱਲਾਂ ਚ ਨਹੀਂ ਆਉਣਾ ਜੀ ਉਹ ਚੁਗਲੀਆਂ ਕਰਦੇ ਤੁਸੀਂ ਕਿਉਂ ਸੁਣਾਏ ਹੁਣ ਅਗਲਾ ਕਹੂਗਾ ਵੀ ਜੇ ਮੈਂ ਕਿਸੇ ਚੁਗਲ ਦੀ ਚੁਗਲੀ ਸੁਣੀ ਮਤਲਬ ਫਿਰ ਮੈਂ ਵੀ ਚੁਗਲ ਖੋਰ ਗਲਤੀ ਹੀ ਆ ਗਈ ਵੀ ਚੁਗਲ ਦੀ ਚੁਗਲ ਸੁਣੂੰਗਾ ਵੇਖੋ ਕਿੰਨਾ ਸੋਹਣਾ ਤਰੀਕਾ ਆਖਣ ਲੱਗੇ ਪਤੀ ਜੀ ਮਨ ਵਿੱਚ ਕਦੇ ਭਰਮ ਨਹੀਂ ਰੱਖੀਦਾ ਲੋਕਾਂ ਦੀਆਂ ਸੁਣੀਆਂ ਸਾਰੀਆਂ ਗੱਲਾਂ ਵੀ ਕਦੇ ਸੱਚ ਨਹੀਂ ਹੁੰਦੀਆਂ ਆਖੋ ਸਤਨਾਮ ਹੌਸਲਾ ਯਕੀਨ ਭਰੋਸਾ ਰੱਬ ਦੀ ਇਬਾਦਤ ਹੈ ਕਹਿੰਦੇ ਹੌਸਲਾ ਰੱਖੋ ਭਰੋਸਾ ਕਰੋ ਦੁਨੀਆਂ ਕੀ ਕਹਿੰਦੀ ਹੈ ਦੁਨੀਆਂ ਕੋਈ ਅੰਤਰਜਾਮੀ ਹੈ ਜਮਾਨਾ ਕੋਈ ਜੱਜ ਹੈ ਜਮਾਨਾ ਕੋਈ ਫੈਸਲੇ ਸੁਣਾਉਂਦਾ ਹੈ ਕਹਿਣ ਨੂੰ ਤੇ ਲੋਕ ਤੁਸੀਂ ਜਿਹਨੂੰ ਮਰਜ਼ੀ ਮਾੜਾ ਕਹਿ ਲਓ ਸਾਬਤ ਕਰਨ ਲਈ ਤੇ ਔਖਾ ਨਾ ਕਿਸੇ ਨੂੰ ਕਹਿ ਦਿਓ ਬੰਦਾ ਕਿਰਦਾਰ ਦਾ ਡਿੱਗਾ ਜੀ ਕਰੈਕਟਰਲੈਸ ਹੈ ਕਹਿਤਾ ਨਾ ਸਾਬਤ ਕਰਕੇ ਔਖਾ ਸਿਕਰੀਆ ਨਹੀਂ ਬੋਲਦਾ ਇਹ ਬੰਦਾ ਚੋਰ ਹੈ ਜੀ ਚੋਰੀ ਕਰਦਾ ਹੈ ਠੱਗ ਹੈ ਠੱਗੀ ਮਾਰਦਾ ਹੈ ਕਰ ਸਾਬਤ ਪ੍ਰੂਫ ਦੇ ਕੇ ਕਰ ਲੈਂਦਾ ਨਹੀਂ ਜ਼ੁਬਾਨ ਦਾ ਜਿਹੜਾ ਮਰਜ਼ੀ ਚਿੱਕੜ ਸੁੱਟੀ ਜਾਓ ਕੋਈ ਫਰਕ ਨਹੀਂ ਪੈਂਦਾ ਕਹਿੰਦੀ ਭਰਮ ਚ ਨਹੀਂ ਪੈਂਦਾ ਹੌਸਲਾ ਰੱਖੋ ਤੁਹਾਡਾ ਕੋਈ ਕੁਛ ਨਹੀਂ ਵਿਗਾੜ ਸਕਦਾ ਤੁਸੀਂ ਕਿਸੇ ਨਾਲ ਬੁਰਾ ਨਹੀਂ ਕੀਤਾ ਕਿਸੇ ਨਾਲ ਕਦੀ ਕੀ ਕੀਤੀ ਨਹੀਂ ਪੂਰਬ ਪਤਾ ਲਿਓ ਭਲ ਦੇਖੀ ਔਰ ਮਹੀ ਸ਼ਰਦਾ ਧਰੋ ਵਸੇਖੀ ਮਾਂ ਨੇ ਪੁੱਛਿਆ ਵੀ ਤੁਹਾਨੂੰ ਕਿਸੇ ਨੇ ਕੀ ਕਿਹਾ
जे गल पुछणगे फिर तो लड़ाई आपे होनी है, तुहानू की ने कहा? उन्हें कहना मैंने फलाने ने आ गल कही। फिर कोई कहणगे अच्छा वह कहने वाला कौन होंगे, मैं जान भी अंदर ही हूँ लड़ाइया इतने ही बनती है घर घर आके गल दस दौ भी मैंने फलाने रिश्तेदार ने वो फोन ला लेना। हाँ हाँ तू कि घरे पहला तो लड़ाई करती सी, हूँ कितने चल गई गुआढ़िया से जरा तुम हम फोन से डर जी जी करता उन्हें अगे फोन ला लिया वो यार वो फलाने ने इदा की है तू उ क्यों कहा मैं क्या खिलारा समेटी चलो तई चलो सफाई कले कले मैं उन्होंने इदा नहीं किया उन्होंने इदा नहीं किया भैन नानकी क्योंकि बंदगी वाले बहुत घट बोलते हैं जद भी बोलते तोल के बोलते हैं कहते पति देव जीओ श्रद्धा भरोसा अकीदा गुरु नानक साहिब तो बुलायो ना अगे बड़ा कुछ होया बड़ा कुछ होंदा रहना आखो सतनाम कहते आ गल सुन के उन्होंने थोड़ा जा तरवासा मिलया थोड़ा जा ही मिलया बहुता नहीं है क्योंकि वह गलों का प्रभाव ज्यादा जी भी बई बंदे कह गए तरीके फिर एक ही गल बहुत असर नहीं ना करते हौसला जरूर देता है समा समाप्त है जिमें जिमें सतगुर कृपा करेंगे आने वाली कथा बड़ी रोचक होनी है ये बड़िया बड़िया घटनावान ने गुरु नानक साहब जी के जीवन दिया जिन्होंने सरवण करके बड़ा कुछ जीवन में सीखने को प्राप्त होंगे। वाहेगुरु वाहेगुरु वाहेगुरु।